ਜਲੰਧਰ ਦੀ ਜ਼ਿਮਨੀ ਚੋਣ ਦਾ ਵਿਗੜ ਵੱਜ ਚੁੱਕਿਆ ਹੈ 2 ਦਿਨ ਬਾਅਦ ਵੋਟਾਂ ਪੈਂਣ ਜਾ ਰਹੀਆਂ ਨੇ ਸਾਰੀਆਂ ਸਿਆਸੀ ਜਮਾਤਾਂ ਆਪਣੇ ਪੱਧਰ ਤੇ ਵਾਹ ਲ ਆ ਰਹੀਆਂ ਨੇ ਕਿ ਇਸ ਚੋਣ ਨੂੰ ਹਰ ਹਾਲਤ ਚ ਜਿੱਤਿਆ ਜਾਵੇ ਜਿੱਥੇ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਬੜੀ ਵੱਡੇ ਪੱਧਰ ਤੇ ਚੁਣੌਤੀ ਬਣੀ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਸੰਗਰੂਰ ਦੀ ਬਾਈ ਇਲੈਕਸ਼ਨ ਹਾਰ ਚੁੱਕੀ ਹੈ ਉੱਥੇ ਕਾਂਗਰਸ ਵੀ ਜਦੋਜਾਦ ਕਰ ਰਹੀ ਹੈ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਵੀ ਕਸ਼ਮਕਸ਼ ਚੱਲ ਰਹੀ ਹੈ ਕਿ ਅਕਾਲੀ ਦਲ ਕਹਿੰਦਾ ਬੀਜੇਪੀ ਨੂੰ ਪਿੱਛੇ ਛੱਡਣਾ ਤੇ ਬੀਜੇਪੀ ਚਾਹੁੰਦੀ ਹੈ ਕਿ ਸਾਰੀਆਂ ਜਮਾਤਾਂ ਪਿੱਛੇ ਛੱਡ ਕੇ ਤੇ ਚੋਣ ਜਿੱਤੀ ਜਾਵੇ ਪਰ ਵੱਡਾ ਸਵਾਲ ਇਹ ਹੈ ਕਿ ਲੋਕਾਂ ਦਾ ਫਤਵਾ ਕਿਸ ਨੂੰ ਜਾਵੇ ਤਾਂ ਜਾਵੇਗਾ ਤੇ ਖਾਸ ਤੌਰ ਤੇ ਭਾਜਪਾ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਭਾਜਪਾ ਨੂੰ ਲੱਗਦਾ ਕੀ ਹੈ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵਕਤ ਮੌਜੂਦ ਨੇ ਕੈਪਟਨ ਅਮਰਿੰਦਰ ਸਿੰਘ ਦੇ ਫਰਜ਼ੰਦ ਰਣਵੇਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਰਣਦਰ ਸਿੰਘ ਹੋਰਾਂ ਦਾ ਨਜ਼ਰੀਆ ਕੀ ਆ ਉਹ ਲਗਾਤਾਰ ਇਥੇ ਪ੍ਰਚਾਰ ਵੀ ਕਰ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਕਹਿੰਦੇ ਹੁੰਦੇ ਆ ਕਿ ਜਦੋਂ ਤੁਸੀਂ ਗਰਾਊਂਡ ਤੇ ਹੁੰਨੇ ਹੋ ਬੰਦੇ ਦੀਆਂ ਅੱਖਾਂ ਬੰਦੇ ਦੇ ਕੰਨ ਬੰਦੇ ਨੂੰ ਕਦੇ ਝੂਠ ਨਹੀਂ ਬੋਲਦੇ ਤੁਹਾਨੂੰ ਲੱਗਦਾ ਕੀ ਹੈ ਤੁਹਾਡੀ ਪਹਿਲੀ ਟਿੱਪਣੀ ਕੀ ਹੈ ਜਲੰਦਰ ਦੀ ਬਾਈਪੋਲ ਤੇ ਦੇਖੋ ਆਪਣੀ ਸਾਡੀ ਪਾਰਟੀ ਆ ਮੈਂ ਆਪਣੀ ਪਾਰਟੀ ਦੀ ਗੱਲ ਕਰ ਸਕਦਾ ਹਾਂ ਔਰ ਮੈਂ ਫਿਰ ਮੈਂ ਸੋ ਮੈਂ ਆਪਣਾ ਆਪਣਾ ਪਰਸਨਲ ਵਿਊ ਵੀ ਦੇ ਸਕਦਾ ਮੇਰੀ ਜੋ ਓਪੀਨੀਅਨ ਹੈਗੀ ਹੈ ਉਹ ਹੈ ਕਿ ਬੀਜਪੀ ਦੀ ਚਰਚ ਹੈਗੀ ਹੈ ਇਸੇ ਦੂਰ ਆਈ ਨਹੀਂ ਹੁਣ ਨੁਕਸਾਨ ਕਿਨਾ ਅਕਾਲੀਆਂ ਦਾ ਹੈ ਤੇ ਕਿੰਨਾ ਅਕਾਲੀਆਂ ਦੇ ਐਕਸਟਰੀਮਿਸਟ ਪਾਰਟੀਆਂ ਨੂੰ ਫਾਇਦਾ ਹੋ ਰਿਹਾ ਹੈ ਤੇ ਕਿੰਨਾ ਕਾਂਗਰਸ ਦਾ ਨੁਕਸਾਨ ਹੈ ਜਾਂ ਆਪ ਦਾ ਨੁਕਸਾਨ ਦੇ ਵਿੱਚ ਜੋ ਕਰਾਸ VOTING ਹੋ ਰਹੀ ਹੈ ਇਹ ਮੇਰੇ ਲਈ ਜਜ ਕਰਨਾ ਇਨ ਸੋ ਸ਼ਾਰਟ ਪੀਰੀਅਡ ਆਫ ਟਾਈਮ ਇਜ਼ ਨਾਟ ਮੈਨੂੰ ਸਮਝਦਾ ਕਿ ਮੈਂ ਸਹੀ ਜਵਾਬ ਦੇ ਸਕੂਗਾ ਸੋ ਮਿਸਲੀਡਿੰਗ ਨਾ ਕਰਾਂ ਅ ਬੜੀ ਨਜ਼ਦੀਕੀ ਦੀ ਲੜਾਈ ਹੈ ਹਾਲ ਹੀ ਹਾਲੀ ਇੱਕ ਦੋ ਦਿਨਾਂ ਚ ਲੋਕਾਂ ਨੇ ਬੋਲਣਾ ਨੂੰ ਸ਼ੁਰੂ ਕੀਤਾ ਹੈ ਹਾਲੀ ਦਬ ਕੇ ਘਟਨ ਜਾਂ ਮੈਨੂੰ ਦਿਖ ਰਿਹਾ ਹੈ ਜੇ ਜਿਹੜੀ ਘਟਨ ਦਿਖਦਾ ਹੈ ਮੇਰਾ ਜੋ ਅੰਦਾਜ਼ਾ ਪੁਰਾਣਾ ਉਹ ਇਹ ਦੱਸਦਾ ਹੈ ਕਿ ਇੱਕ ਐਂਟੀ ਇਨਕੰਪੈਂਸੀ ਵੋਟ ਦਾ ਦਾ ਉਭਾਰ ਹੈ ਔਰ ਉਹ ਐਂਟੀ ਇਨਕੰਪੈਂਸੀ ਈ ਈ ਈ ਕਾਂਗਰਸ ਦੇ ਖਿਲਾਫ ਨਹੀਂ ਇਤਨੀ ਹੋਏਗੀ ਉਹ ਤਾਂ ਹੋਏਗੀ ਕਿਥੇ ਜਿੱਥੇ ਉਹ ਸਮਝ ਦੇਣੇ ਕਿ ਉਹਨਾਂ ਦੇ ਪ੍ਰੀਵਿਅਸ ਐਮਪੀ ਸਾਹਿਬ ਨੇ ਕੋਈ ਕੰਮ ਕੀਤਾ ਨਹੀਂ ਕੀਤਾ ਕੋਈ ਘਟ ਰਹੀ ਐਸਾ ਪਰ ਮੋਡਰਿਟੀ ਇਹ ਚੱਲੇਗੀ ਵੋਟ ਐਂਟੀ ਕੰਪੰਸੀ ਸਟੇਟ ਗਵਰਨਮੈਂਟ ਦੇ ਖਿਲਾਫ ਕਲੋਜ਼ ਵਾਰ ਹੈ ਕੀ ਇਹ ਨਾਲ ਤੁਹਾਡੀ ਰੂਲਿੰਗ ਪਾਰਟੀ ਨਾਲ ਆਈ ਥਿੰਕ ਆਈ ਥਿੰਕ ਤਿੰਨੋ ਪਾਰਟੀਆਂ ਤਿੰਨੋ ਪਾਰਟੀਆਂ ਇੱਕ ਦੂਗੀਆਂ ਹੀ ਲੜਦੀਆਂ ਫਿਰਦੀਆਂ ਨੇ ਕਾਂਗਰਸ ਭਾਜਪੀ ਐਂਡ ਆਪ ਉਹ ਸਵਾਲ ਇਸ ਚੀਜ਼ ਦਾ ਹੈ ਕਿ ਇੱਕ ਕਲੈਰਿਟੀ ਹਲੀ ਆਈ ਨਹੀਂ ਮੇਰੇ ਸਾਹਮਣੇ ਮੇਰੇ ਮੁਤਾਬਿਕ ਮੈਂ ਨਹੀਂ ਸਮਝ ਪਾਇਆ ਇਹ ਇੰਡੀਵਿਜੂਅਲ ਜੀ ਕਿ ਇਹ ਕਿਸ ਤਰਫ ਨੂੰ ਟਿਲਟ ਕਰੇਗੀ ਤਰਾਜੂ ਕਿਧਰ ਨੂੰ ਜਾਊਗਾ ਇਹਦਾ ਮਤਲਬ ਤੁਸੀਂ ਅਕਾਲੀ ਦਲ ਨੂੰ ਹਾਸ਼ੀਏ ਤੇ ਮੰਨਦੇ ਹੋ ਦੇਖੋ ਮੈਂ ਸਮਝਦਾ ਅਕਾਲੀ ਦਲ ਦੀ ਦੇਖੋ ਇਹਦੇ ਵਿੱਚ ਪਹਿਲਾਂ ਤਾਂ ਮੈਂ ਸਪਸ਼ਟ ਕਰਦਾ ਕਿ ਇਹਦੇ ਵਿੱਚ ਮੈਂ ਮੈਂ ਆਈ ਟ੍ਰਾਈ ਟੂ ਅਵੋਇਡ ਸਪੀਕਿੰਗ ਅਬਾਊਟ ਅਕਾਲੀ ਦਲ ਟੈਂਪੋਰਰੀਲੀ ਹਾਂ ਹੁਣ ਅੱਜਕੱਲ ਕਿਉਂਕਿ ਉਹਨਾਂ ਦੇ ਘਰ 'ਚ ਇੱਕ ਹਾਦਸਾ ਹੋਇਆ ਹੈ ਤੇ ਐਸੇ ਸ਼ੋਕ ਦੇ ਸਮੇਂ ਕੋਈ ਪੋਲਿਟੀਕਲ ਆਪੋਜੀਸ਼ਨ ਕਿਸੇ ਤੁਹਾਡੇ ਬਜ਼ੁਰਗਾਂ ਦੇ ਬਾਰੇ ਜਾਂ ਉਸ ਦੇ ਪ੍ਰਤੀ ਕੋਈ ਟਿੱਪਣੀ ਕਰੇ ਸ਼ੋਭਾ ਨਹੀਂ ਦੀਂਦੀ ਬਾਤ ਲੇਕਿਨ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਇੱਕ ਸੈਂਟੀਮੈਂਟ ਨਾਲ ਟਾਈਡ ਹੈ ਜਿਹੜਾ ਉਹਨਾਂ ਦੇ ਸਿੱਖ ਸੈਂਟੀਮੈਂਟ ਉਹਨਾਂ ਤੋਂ ਥੋੜੇ ਜਿਹਾ ਦੂਰ ਹੋਏ ਨੇ ਕੁਝ aarop de pratirop de mamle ch oh exploit nahi kare ja sakde ji but oh haazir hain so it is not political thing it is unan nu jo nuksan hai oh ek six sentiments jide unan de naal beadabi de masle te ya kithe thode bahut negative gae ne oh address jab tak oh nahi kar sakde effectively through legal ਪ੍ਰੋਸੀਜਰ ਐਂਡ ਆਲ ਦੈਟ ਇਹਨਾਂ ਨੂੰ ਵੋਟ ਦਾ VOTING ਦੀ ਪ੍ਰੋਬਲਮ ਆਏਗੀ ਤੁਹਾਡੇ ਵਾਰੂਮ ਚ ਕੀ ਡਿਸਕਸ ਹੋ ਰਿਹਾ ਹੈ ਨੰਬਰ 1 ਦੀ ਲੜਾਈ ਲੜਦੇ ਪਏ ਹੋ ਜਾਂ ਤੁਸੀਂ ਆਪਣੀ ਸ਼ਾਖ ਬਚਾਉਣ ਦੇ ਲਈ ਲੜ ਰਹੇ ਹੋ ਚਾਤ ਪਤਾਨ ਵਾਲੀ ਤਾਂ ਗੱਲ ਹੀ ਨਹੀਂ ਕੋਈ ਵੀ ਡੋਨਟ ਫਾਈਟ ਟੂ ਲੂਜ਼ ਜਿਹੜੀ ਭਾਜਪਾ ਹੈ ਇਹ ਕਦੇ ਵੀ ਨੈਸ਼ਨਲ ਪਾਰਟੀ ਹੈ ਸੈਂਟਰ ਦੀ ਸਰਕਾਰ ਤੁਸੀਂ ਸਮਝੋ ਚਾਤ ਪਤਾਨ ਪਰ ਲੜਨ ਗਿਆ ਇਹ ਜਿੱਤ ਨਹੀਂ ਹੈ ਜੀ ਤੇ ਸਾਡੀ ਜਿਹੜੀ ਲੜਾਈ ਹੈ ਜਿੱਤਣ ਵਾਸਤੇ ਹੈ ਰਾਈਟ ਪਰ ਜੋ ਐਗਜ਼ੈਕਟਲੀ ਸਾਡੇ ਇਨਚਾਰਜ ਲਗਾਏ ਨੇ ਵਾਰੂਮ ਵਗੈਰਾ ਦੇ ਉਹ ਦੱਸ ਸਕਦੇ ਤੁਹਾਨੂੰ ਕਿਹੜੀ ਡਿਟੇਲਿੰਗ ਹੈ ਮੈਂ ਨਹੀਂ ਕਰ ਸਕਦਾ ਬਟ ਆਈ ਕੈਨ ਮੈਂ ਇਹਨਾ ਤੁਹਾਨੂੰ ਜ਼ਰੂਰ ਕਹਿ ਸਕਦਾ ਜੀ ਕਿ ਹਰ ਆਦਮੀ ਸક્ષਮ ਹੈ ਜਿੱਤਣ ਵਾਸਤੇ ਤੇ ਵੀ ਆਰ ਨਾਟ ਅਸੀਂ ਦੋ ਦੂਜੇ ਨੰਬਰ ਤੇ ਲੜਾਈ ਦੀ ਪੋਜੀਸ਼ਨ ਲਈ ਲੜਾਈ ਨਹੀਂ ਕਰ ਰਹੇ ਪਹਿਲੇ ਹੀ ਲੜਦੇ ਹਾਂ ਵੀ ਮੇ ਕਮ ਫਰਮ 3 ਟੂ 1 ਬਟ ਵੀ ਆਰ ਫਾਈਟਿੰਗ ਫॉर ਫਸਟ ਨਰਿੰਦਰ ਜੀ ਇੱਕ ਗੱਲ ਕਹੀ ਜਾਂਦੀ ਹੈ ਕਹਿੰਦੇ ਵੀ ਬੀਜੇਪੀ ਦਾ ਸ਼ਹਿਰ ਚ ਆਧਾਰ ਹੈਗਾ ਪਿੰਡਾਂ ਚ ਕੋਈ ਨਾਂ ਤੇ ਹੈ ਨਹੀਂ ਇਹ ਵੀ ਪਰਸੈਪਸ਼ਨ ਪੋਲਿਟਿਕਸ ਬਾਰੇ ਕਿਹਾ ਜਾਂਦਾ ਹੈ ਕਿ ਪੋਲਿਟਿਕਸ ਇਜ਼ 올 ਅਬਾਊਟ ਦਾ ਪਰਸੈਪਸ਼ਨ ਕਹਿੰਦੇ ਸਿੱਖਾਂ ਦੇ ਅੰਦਰ ਬੀਜੇਪੀ ਪ੍ਰਤੀ ਹੇਟ ਫੈਕਟਰ ਹੈ ਸਿੱਖ ਬਹੁਤਾ ਲਾਈਕ ਨਹੀਂ ਕਰਦੇ ਤੁਸੀਂ ਤਾਂ ਹੁਣ ਬੀਜੇਪੀ ਦੇ ਵਿੱਚ ਬੈਠੇ ਹੋ ਤੁਸੀਂ ਸਰਦਾਰ ਫੈਮਿਲੀ ਵੀ ਹੈਗੇ ਹੋ ਇਹਨਾਂ ਦੋਹਾਂ ਗੱਲਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਤੀਜਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਨਾਲ ਜਿਹੜਾ ਤੁਹਾਡਾ ਤੋੜ ਵਿਛੋੜਾ ਹੋ ਗਿਆ ਉਹਦਾ ਤੁਹਾਨੂੰ ਨੁਕਸਾਨ ਹੋ ਗਿਆ ਦੇਖੋ ਪਹਿਲਾਂ ਤਾਂ ਕਾਲਾ ਕਾਲੀਦਨ ਦੇ ਤੋੜ-ਤੋੜ ਦੀ ਗੱਲ ਕਰੀਏ ਜੀ ਮੈਂ ਸਮਝਦਾ ਬਿਲਕੁਲ ਆਪੋਜ਼ਿਟ ਨੁਕਸਾਨ ਕਿਵੇਂ ਹੋਇਆ ਨੁਕਸਾਨ ਇਹ ਹੋਇਆ ਕਿ ਜਦ ਇਹਨਾਂ ਸਾਡੀ ਪਾਰਟੀ ਦਾ ਇਹਨਾਂ ਨਾਲ ਸੁਲ੍ਹਾ ਸੀਗੀ ਸਾਨੂੰ ਪੁੱਛੇ ਰੱਖਿਆ ਗਿਆ ਜੀ ਲੀਡ ਉਹਨਾਂ ਨੇ ਲਈ ਠੀਕ ਹੈ ਠੀਕ ਹੈ ਸਾਨੂੰ ਗਰੋਥ ਦੀ ਓਪਰਚੁਨਿਟੀ ਨਹੀਂ ਆਈ ਜੀ ਅਸੀਂ ਸੀਮਿਤ ਹੋ ਗਏ ਕਿ ਆਹ ਮੋਹ ਅੱਲਾ ਤੇਰਾ ਤੂੰ ਉੱਥੇ ਬੈਠ ਹੂੰ ਜਦ ਵੀ ਆਪਾਂ ਇੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਸਾਡੀ ਪਾਰਟੀ ਨੇ ਉਹਨਾਂ ਨੇ ਫੇਰ ਟੋਕਤਾ ਸਾਨੂੰ ਵਾਪਸ ਭੇਜਤਾ ਜੀ ਰੀਜIONAL ਪਾਰਟੀ ਸੀਗੀ ਨਾਟਾ ਨੈਸ਼ਨਲ ਪਾਰਟੀ ਤੋਂ ਉਹ ਉਹ ਜਿਹੜੀ ਦਾਇਰਾ ਬੰਨਿਆ ਸੀ ਉਸ ਤੋਂ ਉੱਠ ਕੇ ਨਹੀਂ ਆ ਸਕੀ ਹੁਣ ਉਹ ਖੁੱਲ ਗਿਆ ਦਰਵਾਜ਼ਾ ਠੀਕ ਹੈ ਜੀ ਤੋਂ ਗਰੋ ਕਰ ਰਹੀ ਹੈ ਪਿੰਡਾਂ ਦਾ ਆਧਾਰ ਤੋਂ ਲੱਗ ਮੈਂ ਤੁਹਾਨੂੰ ਦੱਸ ਦੇਖੋ ਪਿੰਡਾਂ ਦਾ ਜਿਹੜਾ ਆਧਾਰ ਹੈਗਾ ਜ਼ਰੂਰ ਦਿੱਕਤ ਆਈ ਸੀ ਇਹ ਫਾਰਮਰ ਮੂਵਮੈਂਟ ਦੇ ਸਮੇਂ ਬਟ ਉਹ ਕਦੀ ਤੁਸੀਂ ਸੁਣਿਆ ਕਿ ਕਿਸੇ ਇੱਕ ਪ੍ਰਾਈਮ ਮਿਨਿਸਟਰ ਨੇ ਕਿਸੇ ਵੀ ਮਸਲੇ ਤੇ ਕਿਸੇ ਵੀ ਸਰਕਾਰ ਦੇ ਦਾ ਹੋਵੇ ਮਾਫੀ ਮੰਗੀ ਹੋਵੇ ਔਰ ਆਪਣਾ ਨਿਯਮ ਵਾਪਸ ਲੈ ਲਿਆ ਹੋਵੇ ਤਾਂ ਹੋਰ ਤਾਂ ਨਹੀਂ ਕਿਉਂ ਕੀਤਾ ਉਹਨਾਂ ਦਾ ਥੋੜੇ ਤੀਜੇ ਪੁਆਇੰਟ ਤੇ ਕਿ ਜੀ ਐਂਟੀ ਸਿੱਖ ਹੈ ਬਿਲਕੁਲ ਭਾਈ ਸਾਹਿਬ ਐਸੀ ਵੀ ਸਿੱਖੇਗੇ ਮੇਰੇ ਪੁਰਖਿਆਂ ਨੂੰ ਬڑے ਸਹਿਬਜ਼ਾਦੇ ਆਂਦਰ ਸੰਸਕਾਰ ਕੀਤਾ ਸੀ। ਸ਼ੰਕੌਰ ਸਾਹਿਬ ਦੀ ਘੜੀ ਦੇ ਬਾਅਦ। ਜੀ। ਉਹਨਾਂ ਨੂੰ ਪੰਡਤਾਂ ਦਾ ਰੂਪ ਧਾਰਨ ਕਰਕੇ ਕਿਉਂਕਿ ਮੁਗਲਾਂ ਦਾ ਲਸ਼ਕਰ ਨਹੀਂ ਜਾਣ ਦਿੰਦਾ ਸੀ ਉੱਥੇ। ਉਹਨਾਂ ਦੇ ਉਹਨਾਂ ਨੂੰ ਚੱਕਿਆ ਤੇ ਉਹਨਾਂ ਦੇ ਸੰਸਕਾਰ ਕੀਤੇ। ਗੁਰੂ ਸਾਹਿਬ ਨੇ ਦਸ਼ਮੇਸ਼ 59 ਸਾਨੂੰ ਹੁਕਮਨਾਮਾ ਲਿਖੇ ਤੇ ਰਾਖਰ ਸੋ ਮੇਰਾ ਅਸਿਸ਼ 36 ਸ਼ਸਤਰਾਂ ਦਾ ਵਰਦਾਨ ਮੇਰੇ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਦਰਸ਼ਨ ਕਰੋ। ਤੁਹਾਨੂੰ ਜ਼ਰੂਰਤ ਨਹੀਂ ਇਹਨਾਂ ਦੀ। ਐ ਸਮਝਣ ਤੋਂ ਕਿ ਕੌਣ ਕਹਿੰਦਾ ਪਹਿਲੇ ਨਹੀਂ ਦੱਸੋ ਕੌਣ ਕਹਿੰਦਾ ਕਿ ਐਂਟੀ ਸਿਕ ਹੈ ਦੇਰ ਦੇ ਪਰਸੈਪਸ਼ਨ ਪਰਸੈਪਸ਼ਨ ਇਟ ਰੀਮਿੰਗ ਪ੍ਰੋਪਗੇਟਿਡ ਬਾਈ ਹੂ ਬਾਈ ਦੋਸ ਪੀਪਲ ਹੂ ਵੈਂਟ ਇਨ ਇਨ ਐਂਡ ਡਿਡ ਵਾਟ ਦੇ ਡਿਡ ਵਿਦ ਅ ਦਰਬਾਰ ਸਾਹਿਬ ਦੋਸ ਪੀਪਲ ਆਰ ਨਾਟ ਐਂਟੀ ਸਿਕ ਯੂ ਮੇਡ 10 ਗਵਰਨਮੈਂਟਸ ਫਰਮ ਆਫ ਦਸ ਦੋ ਵਾਰ ਸਰਕਾਰ ਬਣਾਈ ਤਿੰਨ ਵਾਰ ਐਮਪੀ ਚੁਣ ਲੈ ਐਮਐਲਏ ਚੁਣ ਲੈ ਤੇ ਜਿਨ੍ਹਾਂ ਨੇ ਲਾਂਗਾ ਖੋਲਿਆ ਜੀ ਇਹਨਾਂ ਨੇ ਬਾਲ ਦਿਵਸ ਕੀਤਾ ਤੁਹਾਡੇ ਹੋਰ ਜਿਨ੍ਹਾਂ ਨੇ ਅ ਮ ਨੋਮੇ ਪਾਤਸ਼ਾਹੀ ਦੇ ਵਾਸਤੇ ਲਾਲ ਝੰਡੇ ਲਾਲ ਕਿਲੇ ਤੇ ਝੰਡਾ ਚੜਾਇਆ ਜੀ ਇਹ ਐਂਟੀ ਸਿੱਖ ਹੈ ਕੋਈ ਹੋਰ ਦੱਸ ਤੋ ਕੋਈ ਐਂਟੀ ਸਿੱਖ ਕੀਤਾ ਹੋਏ ਮੈਂ ਚੁੱਪ ਹੋ ਜਾਣਾ ਅਦਰਵਾਇਜ਼ ਥਿਸ ਇਸ ਉਹ ਆਹੇ ਦੇ ਵਾਇਆਤ ਬਾਤਾਂ ਕਰਨ ਦੀ ਤੇ ਇਹ ਤਾਂ ਕੋਈ ਵੈ ਨਹੀਂ ਰੱਖਦੀ ਪਰ ਜਦੋਂ ਕੋਈ ਭਾਜਪਾ ਚ ਸ਼ਾਮਲ ਹੁੰਦਾ ਤਾਂ ਉਹਦੇ ਬਾਰੇ ਬਹੁਤ ਠੀਕਾ ਟਿੱਪਣੀਆਂ ਕੀਤੀਆਂ ਜਾਂਦੀਆਂ ਜਦੋਂ ਕੈਪਟਨ ਪਰਵਾਰ ਵੀ ਭਾਜਪਾ ਚ ਜਾਂਦਾ ਹੈ ਭਗਵੰਤ ਮਾਨ ਕਹਿੰਦੇ ਆ ਡਰ ਦੇ ਮਾਰੇ ਜਾਵੜੇ ਕਹਿੰਦੇ ਕਪੜੇ ਬਹੁਤ ਕੀਤੇ ਸੀ ਏਜੰਸੀਆਂ ਤੋਂ ਡਰ ਲੱਗਦਾ ਸੀ ਤਾਂ ਗਏ ਆ ਜਿਹੜੇ ਕਾਂਗਰਸੀ ਆ ਤੁਹਾਡੇ ਪੁਰਾਣੇ ਮਿੱਤਰ ਆ ਉਹ ਕਹਿੰਦੇ ਆ ਜੀ ਕੈਪਟਨ ਸਾਹਿਬ ਨੇ ਆਰਾਮ ਪ੍ਰਸਤੀ ਅੰਦਰ ਸਾਡਾ 4 ਸਾਲ ਬਹੁਤ ਨੁਕਸਾਨ ਕੀਤਾ ਬਹੁਤ ਚੰਗਾ ਹੋਊਗਾ ਕਹਿੰਦੇ ਉਹ પાਸੇ ਹੋਗੇ ਇਸ ਘਟਨਾਕਰਮ ਨੂੰ ਤੁਸੀਂ ਕਿਵੇਂ ਵੇਣਿਓ ਇਹ ਤਾਂ ਪਹਿਲਾਂ ਕਾਂਗਰਸ ਦੀ ਗੱਲ ਕਰ ਲਈਏ ਫਿਰ ਇਹਨਾਂ ਦੀ ਸੀਐਮ ਸਾਹਿਬ ਦੀ ਵੀ ਗੱਲ ਕਰਾਂਗੇ ਦੇਖੋ ਜਦ ਤੱਕ ਪ੍ਰਧਾਨ ਸਾਹਿਬਾ ਨੇ ਇਹ ਨਹੀਂ ਤੈਅ ਕੀਤਾ ਸੀ ਕਿ ਮਹਾਰਾਜਾ ਸਾਹਿਬ ਨੂੰ ਬਸਤਾ ਦੇ ਦੇਣਾ ਚਾਹੀਦਾ ਹੈ ਚੇਂਜ ਦੇ ਵਾਸਤੇ ਜੀ ਐਂਡ ਉਹ ਲਿਟਰਲੀ 1 ਡੇ ਬਿਫੋਰ ਹੀ ਰਿਸਾਈਨਡ ਸ਼ੀ ਸ਼ੀ ਵਾਸ ਵਿਦ ਹਿਮ ਅੰਟਿਲ ਦੈਟ ਪੁਆਇੰਟ ਠੀਕ ਜਦ ਤੱਕ ਉਹ ਤੈਅ ਨਹੀਂ ਹੋਇਆ ਤਦ ਤੱਕ ਤਾਂ ਇਹ ਸਾਰੇ ਕੈਪਟਨ ਸਾਹਿਬ ਦੇ ਨਾਰੇ ਮਾਰਦੇ ਸੇ ਹੀ ਲੋਕ ਇਹਨਾਂ ਦੇ ਕੈਬਨਟ ਦੇ ਸੇ ਜੀ ਇਹ ਜਿਹੜੇ ਜਿਹੜੇ ਨਿਯਮ ਜਿਹੜੇ ਪੋਲਿਸੀ ਜਿਹੜੇ ਡਿਸੀਜਨ ਲਿੱਤੇ ਇਹ ਇੱਕ ਕੈਬਨਟ ਚਰ ਬੈਠਦੀ ਹੈ ਇਟ ਇਜ਼ ਅ ਕਲੈਕਟਿਵ ਰਿਸਪੋਨਸਿਬਿਲਟੀ ਐਸ ਪਰ ਦੀ ਕਨਸਟੀਟਿਊਸ਼ਨ ਮਾਤਾ ਹੀ ਪੜਿਆ ਸਕੂਲ ਤੋਂ ਪਤਾ ਨਹੀਂ ਇਹ ਕਿਹੜੇ ਸਕੂਲ ਤੋਂ ਪੜ ਕੇ ਆਏ ਇਹ ਮੈਨੂੰ ਨਹੀਂ ਪਤਾ ਜੀ ਇਹਨਾਂ ਨੇ ਇਕੱਠੇ ਨੀਮ ਨਤੀਜੇ ਕੀਤੇ ਠੀਕ ਹੈ ਲਿੱਤੇ ਹੈ ਜੀ ਮੰਨਤਾ ਦਿੱਤੀ ਤੇ ਜਦ ਕੈਪਟਨ ਸਾਹਿਬ ਇੱਕ ਦਿਨ ਦੇ ਬਾਅਦ ਚਲੇ ਗਏ ਤੇ ਫਿਰ ਉਹ ਸਾਰਾ ਹੀ ਗਲਤ ਸੀ ਤੇ ਤੁਸੀਂ ਕੀ ਕਰਦੇ ਸੀ ਜੀ ਕੈਪਟਨ ਸਾਹਿਬ ਦੀ ਬੁੱਧੀ ਭ੍ਰਸਟ ਤੇਰੀ ਵੀ ਬੁੱਧੀ ਵਿਰਸ਼ਟ ਕਿ ਤੂੰ ਉੱਥੇ ਸਾਈਨ ਕਰਕੇ ਆਏ ਇਹ ਕੀ ਹੈ ਬਤੁਣਾ ਇਹ ਗੱਲ ਹੁੰਦੀ ਐ ਮੈਂ ਜੀ ਤੇ ਜਿਹੜੇ ਹੁਣ ਇਹ ਕਹਿੰਦੇ ਘਪਲੇ ਕੀਤਾ ਸੀ ਮਾਨੂੰ ਨਹੀਂ ਪਤਾ ਜੀ ਦਿੱਲੀ ਜੀ ਦਾ ਘਪਲੇ ਉਹਨਾਂ ਦੀ ਦਿਖਦੇ ਐ ਤੇ ਪਰ ਉਹ ਸੁਣ ਰਿਹਾ ਵੀ ਕੁਝ ਕੁਝ ਇਦਾਂ ਨੂੰ ਵੀ ਆ ਰਿਹਾ ਕੰਮ ਇਹਨਾਂ ਨੂੰ ਕੀ ਪਤਾ ਐ ਕੀ ਘਪਲੇ ਹੁੰਦੇ ਐ ਕੀ ਨਹੀਂ ਹੁੰਦੇ ਇਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਇੰਪਲੀਮੈਂਟੇਸ਼ਨ ਆਫ देयर ਹੋਮ ਪਹਿਲੇ ਆਪਣੇ ਪ੍ਰੋਮਿਸਸ ਦਾ ਤੁਸੀਂ ਦੇਖੋ किसी ते आरोप लगाना बहुत सौखा काम जी मैं बैठ के उरे किसी व्यक्तिगत रूप से या किसी पॉलिटिकल इस्टैबलिशमेंट से आरोप लगा सकते हैं वेरी इजीली मेरी राय ये है सबनों कि आरोपबाजी तो चला भी चलो बट कुछ डेवलपमेंट का भी काम करके देख दिया अपने लोग बहुत बुरी पर, परिस्थिति है देखो मैं रूलिंग पार्टी किंबर दिन दसा चो ਹਰੀ ਤਾਂ ਇੱਕ ਹੀ ਦੇ ਸਕਦੇ ਆ ਅੱਛਾ ਉਹ ਦਿੰਦੇ ਨਾ ਆਪਾਂ ਇੱਕ ਵੋਟ ਮੈਂ ਤਾਂ ਇੱਕ ਵੋਟ ਦਿੰਦਾ ਪਰ ਉਹ ਬੜਾ ਸੈਲੀਬ੍ਰੇਟ ਕਰਦੇ ਕਹਿੰਦੇ ਬੇਦੀ ਫਰੀ ਦੇਤੀ ਲੋਕਾਂ ਨੂੰ ਹਾਂ ਬਹੁਤ ਅੱਛਾ ਕੀਤਾ ਇਹ ਇਹ ਜਿਹੜੇ ਸੈਲੀਬ੍ਰੇਟ ਕਰਨਾ ਚਾਹੀਦਾ ਇਹਨਾਂ ਨੂੰ ਔਰ ਮੈਂ ਸਮਝਦਾ ਇਕਨੋਮਿਕ ਬੇਸਿਸ ਤੇ ਜਾਤ ਪਾਤ ਤੇ ਬੇਸਿਸ ਤੇ ਨਹੀਂ ਅਗਰ ਕਿਸੇ ਨੂੰ ਕਿਸੇ ਵਜ਼ੀਫੇ ਦੀ ਜ਼ਰੂਰਤ ਹੈ ਕੋਈ ਤਰਕੀਬ ਲੱਭਣੀ ਚਾਹੀਦੀ ਹੈ ਰਿਸਪੌਂਸਿਬਲ ਤਰਕੀਬ ਜਿਸ ਦੇ ਰਾਹੀਂ ਉਹ ਆਪਾਂ ਉਹਨਾਂ ਦੀ ਮਦਦ ਕਰ ਸਕੀਏ ਮੰਨਦਾ ਲੇਕਿਨ ਇਹਨਾਂ ਨੇ ਕੀ ਕੀਤਾ ਉਹਦੇ ਵਿੱਚ ਇਹਨਾਂ ਨੇ ਤਾਂ ਗਵਰਨਮੈਂਟ ਫੰਡ ਡਾਇਵਰਟ ਕੀਤਾ ਹੈ ਗਵਰਨਮੈਂਟ ਰਿਸੋਰਸ ਡਾਇਵਰਟ ਕੀਤਾ ਹੈ ਸਬਸਿਡੀ ਦੇ ਨੂੰ ਉਤਾ ਇੱਕ ਫਾਈਲ ਹੈ ਇਹ ਡਿਵੈਲਪਮੈਂਟ ਹੈ ਡਿਵੈਲਪਮੈਂਟ ਉਹ ਹੁੰਦੀ ਹੈ ਕਿ ਤੁਸੀਂ ਯੂਨੀਵਰਸਿਟੀਆਂ ਬਣਾਓ ਸੜਕਾਂ ਠੀਕ ਕਰਾਓ ਤੁਸੀਂ ਅ ਅ ਅ ਅਰਬਨ ਡਿਵੈਲਪਮੈਂਟ ਕਰਾਓ ਤੁਸੀਂ ਇੰਡਸਟਰੀਅਲ ਡਿਵੈਲਪਮੈਂਟ ਕਰਾਓ ਟੂਰਿਜ਼ਮ ਦੀ ਡਿਵੈਲਪਮੈਂਟ ਕਰ ਦੈਟ ਇਜ਼ ਵਾਤਾਵਰਣ ਪਹਿਲਾ ਕਰਨਾ ਕਿ ਜ਼ਮੀਨਾਂ ਦੇ ਮੁੱਲ ਵਧਣ ਲੋਕਾਂ ਦਾ ਵਜੂਦ ਵਧੇ ਇਕਨੋਮਿਕ ਲੈ ਬੋਲਦੇ ਤੇ ਉਹ ਉਹ ਡਵੈਲਪਮੈਂਟ ਉਸ ਉਸ ਵਾਤਾਵਰਨ ਦੇ ਵਿੱਚ ਗੁਰਦਾਮ ਵਰਗੀ ਤੁਸੀਂ ਐਗਜ਼ਾਮਪਲ ਲੈ ਲਓ ਜੀ ਮੈਨੂੰ ਯਾਦ ਆ ਜਦ ਮੈਂ ਬੱਚਾ ਸੀ ਉਸ ਸਮੇਂ ਸ਼ਿਕਾਰ ਖੁੱਲਾ ਹੁੰਦਾ ਸੀ ਅੱਛਾ ਤੇ ਤਿੱਤਰ ਮਾਨ ਨਾ ਕੱਕੜੀ ਸੀ ਉੱਥੇ ਅੱਛਾ ਜੀ ਬੱਚੇ ਹੁੰਦੇ ਸਾਡੇ ਚਾਚੇ ਵਗੈਰਾ ਜਾਂਦੇ ਹੁੰਦੇ ਸੀ ਜੀਪ 'ਚ ਬੈਠ ਜਾਂਦੇ ਸੀ ਨਾਲ ਕੁਝ ਨਹੀਂ ਸੀ ਹੁੰਦੇ ਲੈ ਪਰ ਸੁਬੀਰ ਬਾਦ ਕਹਿੰਦੇ ਜਿਹੜਾ ਇਨਫਰਾਸਟ੍ਰਕਚਰ ਆ ਪੰਜਾਬ 'ਚ ਕਹਿੰਦੇ ਮੈਂ ਹੀ ਬਣਾਇਆ ਕੈਪਟਨ ਸਾਹਿਬ ਨੇ ਤਾਂ ਨਵੀਂ ਇੱਟ ਨਹੀਂ ਲਾਈ ਪੰਜਾਬ 'ਚ ਉਹ ਤੁਹਾਨੂੰ ਹੁਣ ਹਰ ਬੰਦਾ ਆਂਦਾ ਹੈ ਕੈਪਟਨ ਸਾਹਿਬ ਵੀ ਇੱਕ ਪੰਚੀਂ ਪੈ ਗਿਆ ਹੈਗਾ ਕਿ ਇਹ ਇਹਨਾਂ ਨੂੰ ਸਾਰੇ ਨੂੰ ਕੈਪਟਨ ਸਾਹਿਬ ਦੀ ਬੜੀ 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 ਯਾਦ ਆਂਦੀ ਹੈ ਜੇ ਨਾ ਆਂਦਾ ਕੈਪਟਨ ਸਾਹਿਬ ਦੀ ਗੱਲ ਕਰਦਾ ਕਿਆ ਪਤਾ ਕੈਪਟਨ ਸਾਹਿਬ ਨੇ ਕੀਤਾ ਹੋਇਆ ਤਹੀਂ ਇਹਨਾਂ ਕੈਪਟਨ ਸਾਹਿਬ ਦੇ ਪਿੱਛੇ ਪੈਂਦੇ ਨੇ ਨਹੀਂ ਤਾਂ ਇਹਨਾਂ ਨੂੰ ਕੈਪਟਨ ਸਾਹਿਬ ਦੀ ਨਹੀਂ ਯਾਦ ਕਿਉਂ ਹੁੰਦੀ ਹੈ ਮੈਨੂੰ ਪੁੱਛੋ ਥੋੜਾ ਯੂਨੀਨਿਮਸਲੀ ਫੈਮਿਲੀ ਦਾ ਰਣੇਂਦਰ ਜੀ ਰਿਐਕਸ਼ਨ ਕੀ ਸੀ ਜਦੋਂ ਹਾਈ ਕਮਾਂਡ ਨੇ ਤੁਹਾਡੇ ਨਾਲ ਇਹ ਸਾਰਾ ਕੁਝ ਕੀਤਾ ਕੈਪਟਨ ਸਾਹਿਬ ਨੂੰ ਕੁਰਸੀ ਤੋਂ ਲਾਇਆ ਗਿਆ ਮਨੋਵਸਥਾ ਕਿਸੇ ਕੈਪਟਨ ਸਾਹਿਬ ਦੀ ਵੈਸੇ ਬੜੇ ਤਕੜੀ ਸੀ ਜੀ ਆਲਟ ਮੈਂ ਮੈਂ ਨਾਲ ਸਿਕਾ ਉਹਨਾਂ ਦੇ ਉਸ ਦਿਨ ਮੇਰੀ ਇਲੈਕਸ਼ਨ ਸੀਗੀ ਐਨਆਰਆਈ ਦੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਇਹ ਮੈਂ ਪ੍ਰਧਾਨ ਰਿਹਾ ਉਹ ਮੇਰੀ ਪ੍ਰਧਾਨਗੀ ਦੀ ਚੋਣ ਸੀਗੀ ਤੇ ਮੇਰੇ ਜਨਰਲ ਹਾਊਸ ਦੀ ਚੋਣ ਸੀਗੀ ਪੂਰੀ ਕਹਾਣੀ ਸੁਣਾਇਓ ਵੀ ਕਿਵੇਂ ਹੋਇਆ ਸਾਰਾ ਮੈਂ ਪੂਰੀ ਕਹਿ ਰਿਹਾ ਤਾਂ ਤਾ ਤੇ ਮੈਂ ਉਸੇ ਆਪਣੀ ਇਲੈਕਸ਼ਨ ਨਿਭਾਣ ਮੇਰੀ ਡਿਊਟੀ ਸੀਗੀ ਉਸ ਮੰਚ ਤੋਂ ਉੱਠ ਕੇ ਨਾਲ ਗਿਆ ਸੀ ਰਾਜਪਥਨ ਮਹਾਰਾਜ ਦੇ ਉਸ ਦਿਨ ਸਵੇਰੇ ਸਾਨੂੰ ਉਸ ਦਿਨ ਸਵੇਰੇ ਅਸੀਂ ਮਹਾਰਾਜ ਨੇ ਤੈਅ ਕਰ ਲਿਆ ਸੀ ਕਿ ਮੈਂ ਇਸਤੀਫਾ ਦੇਣਾ ਹੈ ਉਹਨਾਂ ਨੇ ਗੱਲ ਕੀਤੀ ਸੀਗੀ ਉਸ ਉਸ ਇੱਕ ਰਾਤ ਪਹਿਲਾਂ ਪ੍ਰਧਾਨ ਸਾਹਿਬਾ ਨਾਲ ਸੋਨੀਆ ਗਾਂਧੀ ਜੀ ਨਾਲ ਔਰ ਉਹ ਉਸ ਦਿਨ ਤੱਕ ਕਹੇ ਸੀ ਅਮਰਿੰਦਰ ਯੂ ਹੈਵ ਟੂ ਲੀਡ ਦ ਪਾਰਟੀ ਰਾਈਟ ਉਸ ਦਿਨ ਉਹਨਾਂ ਨੇ ਕਿਹਾ ਕਿ ਅਮਰ ਲੱਗਦਾ ਹੈ ਕਿ ਤੁਹਾਨੂੰ ਜਾਣਾ ਚਾਹੀਦਾ ਹੈ ਇਹ ਤੁਹਾਨੂੰ ਸਟੈਪ ਅਸਾਈਡ ਕਰਨਾ ਚਾਹੀਦਾ ਉਹ ਕਹਿੰਦੇ ਮੈਮ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਮੌਕਾ ਦਿੱਤਾ ਸੀ ਗਏ ਸੀ ਦਿੱਲੀ ਹਾਂ ਔਰ ਜਦ ਇਹ ਸ਼ੁਰੂ ਹੋਇਆ ਸੀ ਦਿੱਲੀ ਜਾਣਾ ਆਣਾ ਔਰ ਆਪਣੇ ਸਰਕਾਰ ਦਾ ਰੁਤਬਾ ਤੋੜਨਾ जो रुतबा बहुत कैम सक्ष, से और सक्षम तो और सारे सर्वेक्षण सरकार फिर रिपीट करेगी उस समय जून की गल कर रहा मैं उस समय दी फिर इन्ह दे नए काके जे आए क्रिकेट क्रुकट आए और ऐ बोलन लग गए अपने सरकार ने ही ठोस पहुँचा लग गए सरकार रिएक्ट नहीं कर सकती बिकॉज सरकार पार्टी नहीं है पोलीटिकल पार्टी पोलटिकल पार्टी है वो अलग है ਸੋ ਸਰਕਾਰ ਰਿਐਕਟ ਨਹੀਂ ਕਰ ਸਕਦੀ ਇਹ ਕੋ ਆਪਣੇ ਬੰਦੇ ਹੋ ਫਿਰ ਉਹਦਾ ਚਲੋ ਉਹਦਾ ਕਾਰਨ ਜੋ ਸੀਗਾ ਕਿਉਂ ਉਹਨਾਂ ਨੇ ਇਹ ਜਿਆ ਰਤਬਾ ਤੋੜਨ ਦੀ ਕੋਸ਼ਿਸ਼ ਦੀ 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 ਦਾ ਦਾ ਕਮਲਿਤਾ ਉਹ ਉਹ ਕੁਝ ਹੋ ਰਿਹਾ ਹੈ ਉਹ ਤੁਸੀਂ ਜਾਣਦੇ ਹੋ ਕੀ ਹੈ ਮੈਂ ਉਸ ਤੇ ਨਹੀਂ ਪਾਉਂਗਾ ਮੈਂ ਉਸ ਤੇ ਨਹੀਂ ਪੈਂਦਾ ਕਿਉਂਕਿ ਮੈਂ ਸਰਕਾਰ ਦਾ ਹਿੱਸਾ ਨਹੀਂ ਸੀ ਪਰ ਮੈਂ ਅੱਖਾਂ ਦੇਖੀ ਜਿਹੜੀ ਚੀਜ਼ ਹੈ ਉਹ ਤਾਂ ਦੇਖੀ ਹੈ ਸੋ ਉਸ ਨੂੰ ਸੁਰੱਖਿਅਤ ਰੱਖਣ ਲਈ ਇਹਨਾਂ ਨੇ ਆ ਰਚਿਆ ਉੱਥੇ ਗੁੰਮਰਾ ਕੀਤਾ ਲੋਕਾਂ ਨੂੰ ਤੇ ਨਾਲ ਕੁ ਜੋੜੇ ਦਿੱਲੀ ਤੇ ਇੱਕ ਇੱਕ ਉਹਨਾਂ ਨੇ ਆਪਣੇ ਸਰਕਾਰ ਦੇ ਰੁਤਬੇ ਨੂੰ ਤੋੜ ਕੇ ਇੱਕ ਮਜ਼ਾਕ ਬਣਾਤਾ ਕਿ ਆ ਜਿਹਨੂੰ ਲਾ ਦੋ ਕਾਨੂੰਨ ਲਾ ਦੋ ਕਹਿੰਦੇ ਇਹ ਕਦੀ ਦੇਖਿਆ ਤੁਸੀਂ ਕਦੀ ਪਹਿਲਾਂ ਹਾਂ ਇਹ ਮਜ਼ਾਕ ਹੈ ਕਿ ਤੁਸੀਂ ਇੱਕ ਐਨੀ ਇਨਵੈਸਟਮੈਂਟ ਦੇ ਬਾਅਦ ਇੱਕ ਪਾਰਟੀ ਆਪਣੇ ਸਰਕਾਰ ਦਾ ਰੁਤਬਾ ਸੁਝਾਉਂਦੀ ਹੈ ਹਾਂ ਐਂ ਜੀ ਸ਼ੁਸ਼ੋਭਿਤ ਕਰਕੇ ਉਹੀ ਬੰਦੇ ਜਿਹੜੇ ਤੁਹਾਨੂੰ ਗੁਣ ਗਾਉਂਦੇ ਨੇ ਦੋ ਦਿਨ ਪਹਿਲਾਂ ਹੁਣ ਉਹ ਅਗਲੇ ਦਿਨ ਕਹਿੰਦੇ ਤੂੰ ਤਾਂ ਸਭ ਤੋਂ ਮਾੜਾ ਨਿਕਲਿਆ ਇਹ ਵੀ ਕਹਿਣ ਲੱਗ ਪਏ ਕਹਿੰਦੇ ਕੈਪਟਨ ਸਾਹਿਬ ਤੁਸੀਂ 4.5 ਸਾਲਾਂ ਜੋ ਨਹੀਂ ਕੀਤਾ ਚੰਨੀ ਸਾਹਿਬ 111 ਨੰਨ ਕਰ ਗਏ ਹਾਂ ਤਾਂ ਜਿਹੜੇ ਮੈਂ ਤੁਹਾਨੂੰ ਅੱਜ ਮਿਲਣ ਕਿ ਨਹੀਂ ਆਇਆ ਮੈਂ ਸੋਚਿਆ ਸੀ ਇਹ ਸਵਾਲ ਆਏਗਾ ਤਾਂ ਮੈਂ ਇਹਦਾ ਜਵਾਬ ਦੂੰਗਾ ਮੈਂ ਤੁਹਾਨੂੰ ਇੱਕ ਪੈਂਡਰਾ ਹੀ ਭੇਜਦਾ ਜੀ ਅ ਅੱਜ ਹੁਣੇ ਭੇਜਦਾ ਘੰਟੇ ਵਿੱਚ ਜੀ ਤੁਸੀਂ ਪਲੀਜ਼ ਉਸ ਨੂੰ ਦੇਖੋ ਉਹ ਕੈਪਟਨ ਸਾਹਿਬ ਦੇ ਰੈਜ਼ੀਗਨੇਸ਼ਨ ਤੋਂ 10-15 ਦਿਨ ਪਹਿਲਾਂ ਤੱਕ ਦੇ ਜੋ ਵੀ ਕੈਬਿਨੇਟ ਜੁਆਇੰਟ ਕੈਬਿਨੇਟ ਡਿਸੀਜਨਸ ਦੇ ਬੇਸਿਸ ਤੇ ਹਰ ਮਹਿਕਮਾ ਵਾਈਜ਼ ਕੀਆ ਕੰਮ ਕਾਰ ਕੀਤੇ ਹੂੰ ਉਹਨਾਂ ਦੇ ਕਿਹੜੇ ਡਿਲੀਵਰੀ ਹੋ ਗਏ ਕਿਹੜੇ ਨਹੀਂ ਹੋਏ ਕਿਹੜੇ ਇੰਪਲੀਮੈਂਟੇਸ਼ਨ ਦੇ ਵਿੱਚ ਸੀਗੇ ਜੀ ਇਹ ਕੋਰੋਨਾ ਸ਼ੁਰੂ ਨਾਲ ਸਾਰਾ ਕੁਝ ਦਾ ਪੀਰੀਅਡ ਮਨਾ ਕੇ ਹੈ ਜੀ ਅਗਰ ਤੁਸੀਂ ਉਹ ਦੇਖੋਗੇ ਤਾਂ ਪਹਿਲੀ ਗੱਲ ਤਾਂ ਇਹ ਸਾਬਤ ਹੋਏਗੀ ਕਿ ਜ਼ੇਰੇ ਵਿੱਚ ਨਹੀਂ ਸਰਕਾਰ ਦੇ ਕੰਮ ਕੀਤੇ ਹੋਏ ਨੇ ਇਹ ਪਹਿਲਾਂ ਹੀ ਅਪਰੂਵਲ ਲੈ ਕੇ ਕੈਬਨਟ ਤੋਂ ਗਏ ਹੋਏ ਸੀ ਇੰਪਲੀਮੈਂਟੇਸ਼ਨ ਲਈ ਇਹਨਾਂ ਦਾ ਤਾਂ ਸੱਚੰਦਾ ਚੱਲਿਆ ਹੈ ਅਸੀਂ ਕੈਪਟਨ ਸਾਹਿਬ ਜਾਂਦੇ ਜਾਂਦੇ ਕਰ ਗਏ ਸੀ ਉਹ ਤਾਂ ਪਹਿਲਾਂ ਹੀ ਹੋ ਗਿਆ ਸੀ ਚੰਨੀ ਉਹ ਤਾਂ ਪਾਰਟ ਉਹ ਕੈਬਨਟ ਆਲਸੋ ਸੋ ਇਟ 낫 ਹੀਟਿਡ ਇਟ ਦਿ ਕਾਂਗਰਸ ਗਵਰਨਮੈਂਟ ਜਿਹੜੀ ਸੀਗੀ ਕੈਪਟਨ ਸਾਹਿਬ ਦੇ ਥੱਲੇ ਉਹਨਾਂ ਨੇ ਪਹਿਲਾਂ ਹੀ ਇਹ ਅਪਰੂਵ ਕਰਕੇ ਦਿੱਤੀ ਹੋਈ ਸੀ ਦੇਖੋ ਤੁਸੀਂ ਕੁਝ ਕਰਨਾ ਹੋਵੇ ਸਲਾਹ مشورہ ਹੁੰਦਾ ਮਹਿਕਮੇ ਚ ਫਿਰ ਉਹਨਾਂ ਦੇ ਮੰਤਰੀ ਪਾਸ ਜਾਂਦੇ ਨੇ ਸੈਕਟਰੀ ਸਾਹਿਬ ਫਾਈਲ ਲੈ ਕੇ ਉਹ ਆਪਣੇ ਸਲਾਹ ਕਰਦੇ ਆਪਣੇ ਟੀਮ ਨਾਲ ਫੈਕਟਰੀਆਂ ਨਾਲ ਕੀ ਕਰਨਾ ਹੈ ਇਹ ਨਹੀਂ ਕਰਨਾ ਹੈ ਕਰਨਾ ਹੈ ਬਦਲ ਦੋਏ ਕਰੋ ਇੱਕ ਕਰੋ ਜਿਵੇਂ ਉਹਨਾਂ ਦੇ ਮੁਤਾਬਿਕ ਹੋਣਾ ਚਾਹੀਦਾ ਫਿਰ ਹੋ ਜਾਂਦੀ ਕੈਬਨਟ ਹਾਂ ਫਿਰ ਕੈਬਨਟ ਤੇ ਅਪਰੂਵ ਹੁੰਦੀ ਹੈ ਫਿਰ ਕੈਬਨਟ ਨੂੰ ਅਪਰੂਵ ਹੋ ਕੇ ਜਾਏਗੀ ਪਹਿਲਾਂ ਨਹੀਂ ਫਾਈਨਾਂਸ ਦੇ پاس ਸੌਰੀ ਫਾਈਨਾਂਸ ਦੇਖੇਗੀ ਕਿ ਅਸੀਂ ਇਹ ਨਹੀਂ ਫੰਡਿੰਗ ਸਕੀਮ ਕਰ ਸਕਦੇ ਨਹੀਂ ਫਿਰ ਉੱਥੋਂ ਆਏਗੀ ਕੈਬਨਟ ਕੈਬਨਟ ਤੋਂ ਜਾਏਗੀ ਇਹ ਵਾਪਸ ਮੈਕਮੇਟੂ ਇੰਪਲੀਮੈਂਟੇਸ਼ਨ ਲਈ ਔਰ ਉਹਦੇ ਬਾਅਦ ਇੰਪਲੀਮੈਂਟੇਸ਼ਨ ਹੋਣਾ ਤੁਸੀਂ ਗਲੀਆਂ ਨਾਲੀਆਂ ਲੈ ਲਓ ਜਿਹੜੇ ਪਿੰਡਾਂ ਤੋਂ ਹੁੰਦੀਆਂ ਨੇ ਉਹਦੀ ਰਿਪੇਅਰ ਕਰਾਣੀ ਹੋਈ ਐਸਟੀਮੇਟ ਬੰਦਾ ਉਹ ਐਸਟੀਮੇਟ ਨੂੰ ਮਨਜ਼ੂਰੀ ਦੇਣ ਨੂੰ ਕਿੰਨਾ ਟਾਈਮ ਲੱਗਦਾ ਹੈ ਔਰ ਡੀਸੀ ਦੇ ਕੋਲ ਪੈਸੇ ਪਹੁੰਚਣ ਨੂੰ ਕਿੰਨਾ ਟਾਈਮ ਲੱਗਦਾ 6 ਮਹੀਨੇ ਠੀਕ ਆ ਤੇ ਕਿਹੜੀ ਜਾਦੂ ਦੀ ਜਾਦੂ ਦੀ ਜਿਹੜੀ ਇਹਨਾਂ ਨੇ ਕਾਂਗਰਸੀਆਂ ਦੀ ਬਾਅਦ ਥੋੜੇ ਜਾਣ ਤੋਂ ਬਾਅਦ ਕਹੀ ਕਹਿੰਦੇ ਕੈਪਟਨ ਸਾਹਿਬ ਦੀ ਸਰਕਾਰ 'ਚ ਰਹਿੰਦੇ 2 ਸਾਲ ਪਹਿਲਾਂ ਬੀਜੇਪੀ ਨਾਲ ਸੈਟਿੰਗ ਹੋ ਗਈ ਸੀ ਕਹਿੰਦੇ ਭਾਜਪਾ ਦੇ ਨਾਲ ਤੁਹਾਡਾ ਫਿਰ ਸਬਾਤ ਕਿਵੇਂ ਹੋਇਆ ਅੱਛਾ ਮੇਰੇ ਮਾਫ ਕਰਨਾ ਜੀ ਕੈਪਟਨ ਸਾਹਿਬ ਦੇ ਜੀ ਇਹ ਚੀਜ਼ ਸਮਝ ਲਓ ਤੁਸੀਂ ਅਮ ਅਗਰ ਇੱਕ ਮੁੱਖ ਮੰਤਰੀ ਸੂਬੇ ਦੀ ਸਰਕਾਰ ਜਿਹੜਾ ਉਸ ਪ੍ਰਾਂਤ ਦੇ ਵਿੱਚ ਹੋਵੇ ਜਿਹੜਾ ਇੱਕ ਐਗਰੈਸ਼ਨ ਵਿਸਟ ਬਾਰਡਰ ਦੇ 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 ਬਾਰਡਰ ਸਟੇਟ ਲੱਗਦੀ ਹੋਵੇ ਸਾਡੀ ਖਾਸ ਤੌਰ ਤੇ ਜਿੱਥੇ ਐਗਰੈਸ਼ਨ ਹੈ ਬਿਲਕੁਲ ਪੀਸ ਨਹੀਂ ਹੈ ਬਿਲਕੁਲ ਠੀਕ ਹੈ ਜੀ ਤੇ ਉਹ ਐਂਟੀ ਨੈਸ਼ਨਲ ਡਰੋਨ ਆnde ਹੋਣ ਮਰੂਵਿੰਦ ਦੇ ਨਾਲ ਤੇ ਬੰਬਾਂ ਨਾਲ ਤੇ ਪਿਸਤੋਲਾਂ ਨਾਲ ਤੇ ਇਹ ਜੇ ਕਾਰਨ ਅੰਮਿਆਂ ਲਈ ਔਰ ਲੈਂਡ ਕਰ ਰਹੇ ਨੇ 30 ਕਿਲੋਮੀਟਰ ਦੂਰ ਪੰਜਾਬ ਦੇ ਵਿੱਚ ਕਿਉਂ ਉੱਥੇ ਦੁਕਾਨਾਂ ਕੋਈ ਜਿੱਥੇ ਵਕੂ ਇਹ ਹੂੰ ਕਿੱਦੇ ਜਾ ਰਿਹਾ ਹੈ ਤੇ ਜਿਹੜੀ ਪੰਜਾਬ ਪੁਲਿਸ ਹੈ ਉਹਦੀ ਜੋ ਟੈਕਨੀਕਲ ਕੈਪੇਬਿਲਿਟੀ ਰਹੀਆਂ ਉਹ ਹੈਗੀਆਂ ਉੱਥੇ ਤੱਕ ਤਾਂ ਉੱਥੇ ਤੱਕ ਤਾਂ ਕੰਟਰੋਲ ਚ ਹੈ ਜਿਹੜੀ ਉਹ ਟੈਕਨੋਲੋਜੀ ਉਹਨਾਂ ਦੇ ਕੋਲ ਹੈ ਹੀ ਨਹੀਂ ਉਹ ਕਿਥੋਂ ਲਿਆਉਗੇ ਤੁਸੀਂ ਯੂ ਹੈਵ ਟੂ ਗੋ ਟੂ ਦ ਸੈਂਟਰ ਸੋ ਐਨੀ ਜਿਹੜਾ ਵੀ ਚੀਫ ਮਿਨਿਸਟਰ ਹੋਇਆ ਆ ਵੀ ਹਮ ਮੌਜੂਦਾ ਐਨੀ ਬੈਠ ਕੇ ਆਇਆ ਅਮਿਤ ਸ਼ਾਹ ਜੀ ਦੇ ਪਾਸ ਹਮ ਫਿਰ ਐਨੀ ਅਮਰਪਾਲ ਪ੍ਰੈਸੈਂਟ ਸੈਂਟਰ ਨਾਲ ਗੱਲ ਕਰੋ ਸੁਣੋ ਹੁਣ ਇਹਦੀ ਹੋ ਗਈ ਸੈਟਿੰਗ ਭਾਜਪਾ ਨਾਲ ਦੇਖੋ ਹਾਲਾਂਕਿ ਵੀ ਸਾਚ ਮੈਂ ਵੀ ਅਰੋਪ ਲਗਾਣਾ ਕਿ ਇਹਦੀ ਸੈਟਿੰਗ ਹੈ ਜੀ ਭਾਜਪਾ ਨਾਲ ਕਰੇ ਸਿੱਧਕ ਨਹੀਂ ਹੈ ਇਹ ਯਾਰ ਉਹ ਪਾਸ ਸੀ ਆਪਣੇ ਕਮਾਲੀ ਗਏ ਸਟੇਟ ਤੇ ਕਸ਼ੂਬੀਆਂ ਦੀ ਕਮਾਲੀ ਗਏ ਸਾਡੀ ਸੈਟਿੰਗ ਹੋ ਗਈ ਹਾਲਾਂਕਿ ਵੀ ਸੱਚ ਹੈ ਕਿ ਕੈਪਟਨ ਸਾਹਿਬ ਜਦੋਂ ਕਹਿੰਦੇ ਸੀ ਡਰੋਨ ਆ ਗਿਆ ਉਹਦੇ ਟ੍ਰੋਲ ਕਰਦੇ ਸੀ ਹੁਣ ਖੁਦ ਇਹ ਗੱਲ ਕਹੀ ਜਾ ਰਹੀ ਹੈ ਕਿ ਵਾਕਈ ਡਰੋਨ ਸਿਸਟਮ ਜਿਹੜਾ ਉਹ ਬਹੁਤ ਜ਼ਿਆਦਾ ਐਕਟਿਵ ਹੋ ਗਿਆ ਪਾਕਿਸਤਾਨ ਵਾਲੇ ਪਾਸੋਂ ਸਰ ਹੁਣ ਤਾਂ ਬਹੁਤ ਐਡਵਾਂਸ ਹੋ ਗਿਆ ਉਹ ਤਾਂ ਬਹੁਤ ਅੱਗੇ ਜਾ ਰਹੇ ਉਹਨਾਂ ਦਾ ਪੇਲੋਡ ਵੀ 40 ਕਿਲੋ ਦਾ ਹੋ ਗਿਆ ਸਵਾਲ ਇਸ ਚੀਜ਼ ਦਾ ਹੈ ਹੁਣ ਤਾਂ ਕਹਿੰਦੇ ਬੰਦਾ ਪਾ ਕੇ ਵੀ ਲੈ ਸਕਦਾ ਕੋਈ ਸੂਬੇ ਦੀ ਸਰਕਾਰ ਨਹੀਂ ਹੈ ਪੂਰੇ ਹਿੰਦੁਸਤਾਨ 'ਚ ਜੀ ਨੂੰ ਸੈਂਟਰਲ ਗਵਰਨਮੈਂਟ ਤੋਂ ਕੰਮ ਕਾਜ ਨਹੀਂ ਲੈ ਸੁਧਾਰ ਦੇ ਨਾਲ ਚਲਾਨ ਲਈ ਜੀ ਇੱਥੇ ਲਾਅ ਐਂਡ ਆਰਡਰ ਦੀ ਵੀ ਇੱਕ ਡਿਫਰੈਂਟ ਡਾਈਮੈਂਸ਼ਨ ਹੈ ਤੇ ਇਹ ਤਾਂ ਜ਼ਿੰਮੇਵਾਰੀ ਬਣਦੀ ਹੈ ਜਿਹਨੂੰ ਤੁਸੀਂ ਮੁੱਖ ਮੰਤਰੀ ਚੁਣਿਆ ਹੈ ਕਿ ਉਹ ਔਰ ਆਪਣੇ ਉਸ ਉਸ ਮਹਿਕਮੇ ਦੇ ਵਜ਼ੀਰ ਦੇ ਨਾਲ ਜਾ ਕੇ ਆਪਣੀ ਸਰਕਾਰ ਦੀ ਪੱਖ ਰੱਖੇ ਆਪਣੇ ਸੂਬੇ ਦੀ ਪੱਖ ਰੱਖੇ ਤੇ ਉਹਨਾਂ ਦੀ ਜੋ ਅਸਿਸਟੈਂਸ ਬੁਨਿਆਦੀ ਬਣਦੀ ਹੈ ਇੱਕ ਸੈਂਟਰ ਗਵਰਨਮੈਂਟ ਦੀ ਡਿਊਟੀ ਨਾਲ ਉਹ ਉਹ ਲੈ ਕੇ ਆਣ ਇਸ ਚ 60 ਕਾਠ ਵਾਲੀ ਗੱਲ ਕੀ ਹੈ ਜੀ ਹਾਂ ਮੈਨੂੰ ਦੱਸੋ ਮੈਂ ਇਸ ਲਈ ਜੁਆਇਨ ਕੀਤਾ ਹੈ ਮਾਰਾ ਸਾਹਿਬ ਨੇ ਇਸ ਲਈ ਜੁਆਇਨ ਕੀਤਾ ਕਿਉਂਕਿ ਕਾਂਗਰਸ ਨੇ ਪਤਾਇਆ ਸਾਨੂੰ ਜੀ ਤੁਸੀਂ ਇੱਕ ਬੰਦੇ ਨੂੰ ਇਸ ਤਰੀਕੇ ਨਾਲ ਰਿਮੂਵ ਕਰਦੇ ਹੋ ਜਿਨੇ ਪ੍ਰਧਾਨਗੀ ਕੀਤੀ ਹੋਏ 16 ਸਾਲ ਤੁਹਾਡੀ 12 ਸਾਲ ਤੁਹਾਡੀ ਦੋ ਵਾਰ ਸਰਕਾਰ ਚਲਾਈ ਹੋਏ ਤੁਹਾਡੇ ਨਾਲ ਪਿੱਠ ਲਾ ਕੇ ਖੜੇ ਹੋਣ ਤੇ ਤੁਸੀਂ ਇਹ ਕਰਦੇ ਹੋ ਕਿ ਉਹਨਾਂ ਦੇ ਐਮਐਲਏ ਨੂੰ ਕਹਿੰਦੇ ਹੋ ਕਿ ਜੀ ਸੀਐਲਪੀ ਤੇ ਆਜੋ ਤੇ ਉਹਨੂੰ ਦੱਸੋ ਨਾ ਕਿ ਸੀਐਲਪੀ ਬੁਲਾਈ ਆਏ ਇਹ ਬਤਮੀਜ਼ੀ ਨਹੀਂ ਠੀਕ ਹੈ ਪੋਲੀਟਿਕਲ ਪੋਲੀਟਿਕਲ ਐਕਸਪਰਟ ਇੱਕ ਚੀਜ਼ ਤੋਂ ਹੋਰ ਬੜਾ ਹੈਰਾਨ ਹੈ ਰਣਿੰਦਰ ਜੀ ਹਾਂ ਜੀ ਕਿ ਤੁਸੀਂ ਐਕਟਿਵ ਪੋਲੀਟਿਕਸ ਕਿਉਂ ਨਜ਼ਰ ਨਹੀਂ ਆਉਂਦੇ ਵਜ੍ਹਾ ਕੀ ਹੈ ਤੁਹਾਡਾ ਬੇਸ਼ੱਕ ਤੁਸੀਂ ਸ਼ੂਟਿੰਗ ਤੁਹਾਡਾ ਬਹੁਤ ਵੱਡੇ ਲੈਵਲ ਤੇ ਇੰਟਰਸਟ ਆ ਕੈਪਟਨ ਸਾਹਿਬ ਹਕੂਮਤ ਚ ਵੀ ਰਹੇ ਆ ਭਾਵੇਂ ਮੁੱਖ ਮੰਤਰੀ ਦਾ ਮੁੰਡਾ ਹੋਣ ਦੇ ਨਾਤੇ ਵੀ ਬੇਸ਼ੱਕ ਠੀਕ ਹੈ ਕਿ ਤੁਸੀਂ ਸ਼ਾਇਦ ਨਾ ਬਲੀਵ ਕਰਦੇ ਹੋ ਵੀ ਚੱਲ ਪਈ ਜ਼ਰੂਰੀ ਨਹੀਂ ਐ ਕਿ ਦੂਜੀ ਪੀੜ੍ਹੀ ਵੀ ਪੋਲੀਟਿਕਸ ਚ ਆਵੇ ਪਰ ਵਜ੍ਹਾ ਕੀ ਹੈ ਰਣਿੰਦਰ ਸਿੰਘ ਕਿਉਂ ਨਦਾਰਦ ਨਜ਼ਰ ਆਉਂਦੇ ਆ ਨਹੀਂ ਨਹੀਂ ਐਸਾ ਨਹੀਂ ਹੈ ਦੇਖੋ ਮੇਰੀ ਬਾਤ ਸੁਣੋ ਸਾਡੇ ਘਰ ਦੀ ਪਰੰਪਰਾ ਕੁਝ ਥੋੜੀ ਲੱਗੇ ਮੈਂ اور ਮੈਂ ਮੇਰੀ ਆਪਣੀ ਸੋਚ ਕੁਝ ਥੋੜੀ ਲੱਗੇ ਦੇਖੋ ਮੇਰੇ ਪਿਤਾ ਜੀ ਮੁੱਖ ਮੰਤਰੀ ਮੇਰੇ ਮਾਤਾ ਜੀ ਮਨਿਸਟਰ ਹੋਣ MP ਹੋਣ ਕਿਸੇ ਮੇਰਾ ਠਿਕਾ ਤਾਂ ਨਹੀਂ ਲਿੱਤਾ ਹੋਇਆ ਕਿ ਹਰ ਬੰਦਾ ਮੇਰੇ ਘਰੋਂ ਜਾ ਕੇ ਉੱਥੇ ਮੌਜੂਦਗੀ ਮਤਲਬ ਲੀਡਰਸ਼ਿਪ ਕਰੇਗਾ ਇਹ ਰੂਲ ਆ ਕਿ ਤੁਹਾਡਾ ਇੰਟਰਸਟ ਨਹੀਂ 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 ਇਟ 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 ਅ ਡੀਸੈਂਟ ਥਿੰਗ ਟੂ ਡੂ ਦੇ ਦੇਰ ਦੇਖੋ ਇੱਕ ਜ਼ਿੰਦਗੀ ਦੇ ਵਿੱਚ ਇੱਕ ਸਿਆਸਤ ਦੇ ਨੰਬਰ ਵਾਜ਼ੀ ਹੁੰਦੀ ਹੈ ਅਹੁਦੇਦਾਰੀ ਇੱਕ ਹੁੰਦੀ ਹੈ ਸੋਸ਼ਲ ਰਿਸਪੌਂਸਿਬਿਲਟੀ ਜੀ ਤੇ ਮੇਰਾ ਪਰਿਵਾਰ ਮੇਰੇ ਵਾਸਤੇ ਮੇਰੇ ਸੋਚ ਦੇ ਮੁਤਾਬਿਕ 1700 ਕੁਸ ਦਾ ਜੁੰਦਾ ਆਪਣੇ ਇਲਾਕੇ ਪਟਿਆਲੇ ਆਪਣੇ ਮਾਲਵੇ ਦੇ ਇਲਾਕੇ ਜਿਹੜਾ ਸੋਸ਼ਲ ਰਿਸਪੋਨਸੀਬਿਲਟੀ ਕੰਮ ਕਰਕੇ ਸੰਗਠਨ ਤੋਂ ਨਿਗਰ ਬਣਾ ਸਕਦੇ ਹੋ ਤੁਸੀਂ ਆਪਣੇ ਲੋਕਾਂ ਨਾਲ ਉਹ ਪਹਿਲਾ ਨਾਲ ਚੀਜ਼ ਦਾ ਤੇ ਅਹੁਦੇਦਾਰੀਆਂ ਨਾਲ ਕੀ ਫਰਕ ਪੰਦਾ ਹੈ ਮੇਰੀ ਗੱਲ ਦੱਸੋ ਹੈ ਨਹੀਂ ਅਹ ਅ ਕਈ ਸਾਰੇ ਉਦਾਹਰਨ ਜਿੱਥੇ ਕੋਈ ਜਿੱਤਿਆ ਨਾ ਹੋਵੇ ਪਹਿਲਾਂ ਤੇ ਪਹਿਲੀ ਵਾਰ ਬਣ ਕੇ ਵੱਡੇ ਵੱਡੇ ਵਜ਼ੀਰ ਬਣ ਗਏ ਹਮ ਠੀਕ ਹੈ ਪਰ ਤੁਸੀਂ ਅਗਰ ਲੈਗੇਸੀ ਦੀ ਗੱਲ ਕਰੋ ਕੈਪਟਨ ਸਾਹਿਬ ਨੂੰ ਜੋ ਲੈਗੇਸੀ ਉਹਨਾਂ ਦੇ ਪਿਤਾ ਤੋਂ ਮਿਲੀ ਉਹ ਕਿਉਂ ਮਿਲੀ ਉਹ ਨਹੀਂ ਮਿਲੀ ਕਿ ਕਿ ਉਹ ਐਮਪੀਸੀ ਕੇ ਜਾਂ ਐਮਐਲਏ ਸਿਗੇ ਉਹ ਇਸ ਲਈ ਮਿਲੀ ਕਿਉਂਕਿ ਉਨਾ ਨੇ ਆਪਣੇ ਪਿਤਾ ਦੇ ਉਹਨਾਂ ਦੇ ਪਿਤਾ ਨੇ ਉਹਨਾਂ ਦੇ ਦਾਦਾ ਨੇ ਮੇਰੇ ਪਰਦਾਦਾ ਨੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਆਪਣੇ ਸੋਸ਼ਲ ਲੇਗੇਸੀ ਜਿਹੜੀ ਹੈਗੀ ਹੈ ਨੇੜਤਾ ਆਵਾਮ ਦੇ ਨਾਲ ਆਪਣੇ ਲੋਕਾਂ ਦੇ ਨਾਲ ਉਹਨੀ ਨਿਗ੍ਹੀ ਰੱਖੀ ਜਿੰਨੀ ਜ਼ਰੂਰਤ ਸੀ ਇਹ ਅਹੁਦੇਦਾਰੀ ਤਾਂ ਫਿਰ ਬਾਅਦ ਚ ਆਉਂਦੀ ਹੈ ਇਹ ਪੋਲਿਟੀਕਲ ਪੋਲਿਟੀਕਲ ਜਿਹੜੀ ਐਂਗਲ ਹੈਗਾ ਲੇਗੇਸੀ ਦਾ ਇਹ ਛੋਟਾ ਹੈ ਇਹ ਕੋਈ ਲੋਲਸਕਿਰਤੀ ਗੱਲ ਹੈ ਕਿ ਤੁਸੀਂ ਐਮਐਲਏ ਬਣ ਕੇ ਐਮਪੀ ਬਣ ਕੇ ਹਾਂ ਫਕਰ ਦੀ ਗੱਲ ਤਾਂ ਇਹ ਹੈ ਕਿ ਮੇਰੇ ਲੋਕ ਮੈਨੂੰ ਪਿਆਰ ਕਰਦੇ ਮੈਂ ਉਹਨਾਂ ਨੂੰ ਪਿਆਰ ਕਰਦਾ ਠੀਕ ਹੈ ਤੇ ਇਹ ਜਿਹੜੀ ਹੈਗੀ ਹੈ ਇਹ ਤਾਂ ਇਹ ਤਾਂ ਮੈਂ 28 ਸਾਲ ਕਾਂਗਰਸ ਚ ਇਸ ਹਰ ਬੰਦੇ ਤੁਸੀਂ ਇਹ ਨਹੀਂ ਕਰ ਸਕਦੇ ਕਿ ਅਦਰ ਪੀਪਲ ਆਲਸੋ देयर ਨੈਸ਼ਨਲ ਪਾਰਟੀਆਂ ਹੈਵ ਟੂ ਲੁੱਕ ਇਨ ਇੰਟਰਸਟ ਆਫ 올 ਸਾਰਿਆਂ ਨੂੰ ਦੇਖਣਾ ਪੈਂਦਾ ਹੁਣ ਦੋ ਸਵਾਲ ਹੈ ਮੇਰੇ ਕੈਪਟਨ ਸਾਹਿਬ ਇਹ ਚਾਹੁੰਦੇ ਸੀ ਕਿ ਰਣੇਂਦਰ ਐਕਟਿਵ ਹੋਵੇ ਤੇ ਮੇਰੇ ਵਾਂਗੂ ਪੋਲਿਟਿਕਸ ਅੱਗੇ ਲੈ ਕੇ ਜਾਵੇ ਜਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਐਕਟਿਵ ਹੋਵਾਂ ਮੈਂ ਤਾਂ ਮੈਂ ਤਾਂ ਫੁੱਲ ਐਕਟਿਵ ਹਾਂ ਹੂੰ ਮੈਂ ਉਸ ਤਾਂ ਦੇਖੋ ਜਦ ਤੱਕ ਮੇਰੇ ਪਿਤਾ ਜੀ ਹੈਗੇ ਹਨ ਉਹ ਮੇਰੇ ਘਰ ਦੇ ਮੇਰੇ ਘਰ ਦੇ ਲੀਡਰ ਨੇ ਤੁਹਾਨੂੰ ਕੋਈ ਉਹਨੇ ਕਿਹਾ ਕਿ ਰਣੇਂਦਰ ਤੂੰ ਸੰਭਾਲ ਕਿਉਂ ਨਹੀਂ ਸੰਭਾਲ ਰੇ ਤੂੰ ਨਹੀਂ ਐਸੇ ਤਾਂ ਮੇਰੇ ਪਿਤਾ ਜੀ ਕਦੀ ਵੀ ਨਹੀਂ ਕਹਿੰਦੇ ਅੱਛਾ ਹੀ ਇਜ਼ ਅ ਵੈਰੀ ਫੇਅਰ ਮੈਨ ਰਾਈਟ ਉਹ ਆਲਵੇਜ਼ ਹੀ ਲੀਵਸ ਇਟ ਡਿਸੀਜਨ ਟੂ ਆਈਦਰ ਯੂ অর ਮਾਈ ਟੂ ਐਨੀ ਮੈਂਬਰ ਆਫ ਹਿਸ ਫੈਮਿਲੀ ਉਹ ਆਪਣੀ ਰਾਏ ਲੈਂਦੇ ਜੀ ਉਹਦੇ ਬਾਅਦ ਉਹ ਕਹਿੰਦੇ ਤੁਸੀਂ ਆਪ ਨੇ ਲੈ ਲਓ ਮੈਂ ਤੁਹਾਡੇ ਨਾਲ ਸਵਾਲ ਇਹ ਹੈ ਕਿ ਉਸ ਮੈਂਬਰ ਆਫ ਫੈਮਿਲੀ ਨੂੰ ਵੀ ਰਿਸਪਾਂਸਿਬਿਲਟੀ ਹੈਗੀ ਹੈ ਦੇਖਣਾ ਕਿ ਜੇ ਜ਼ਿਆਦਾ ਰੈਪਰੈਜ਼ੈਂਟੇਸ਼ਨ ਦੋਗੇ ਉਹਦਾ ਫਾਇਦਾ ਹੈ ਕਿ ਨੁਕਸਾਨ ਹੂੰ ਜੇ ਤੁਸੀਂ ਆਪ ਨੂੰ ਜ਼ਿਆਦਾ ਬੁਲਕੋਗੇ ਉਹਦਾ ਫਾਇਦਾ ਹੈ ਨੁਕਸਾਨ ਹਿੰਦੀ ਕੋਈ ਨਹੀਂ ਸਮਝ ਸਮਝੀ ਗੱਲ ਹੁੰਦੀ ਹੈ ਜੀ ਤੇ ਅਗਰ ਮੇਰੇ ਪਿਤਾ ਜੀ ਸਖਸ਼ਮ ਨੇ ਤੇ ਐਕਟਿਵ ਨੇ ਪੋਲਿਟਿਕਸ 'ਚ ਤੇ ਮੈਂ ਤਾਂ ਬੜਾ ਕਲੀਅਰ ਆ ਬੇਟੇ ਦੇ ਰੂਪ 'ਚ ਮੇਰੀ ਜ਼ਿੰਮੇਵਾਰੀ ਉਹਨਾਂ ਦੀ ਸਿਆਸਤ ਨੂੰ ਵਧਾਉਣ ਵਾਸਤੇ اپنی حاضری پروان کرنی زیادہ بن دی ہے کہ میں اپنا نام رشن کر ایک मुख्यमंत्री ਦਾ بیٹا ਜਿਹੜਾ ਇਹ ਇਹ پنجاب ਚ ਬਹੁਤ ਬੜੀ ਬਾਤ ਹੈ ਹਰਿਆਣੇ ਤੇ ਵੀ ਹੈ मुख्यमंत्री ਦਾ بیٹا ਤੇ मुख्यमंत्री ਦਾ بیٹا ਕੋਈ ਅਵਤਾਰ ਹੈ ਉਹ ਤਾਂ ਕਿਸੇ ਦੇ ਘਰ ਜੰਮ ਗਿਆ ਉਹਦੀ ਕਿਸਮਤ ਉਹ ਚੰਗੀ ਸੀ ਉਹ ਬਣ ਗਿਆ ਮੁੱਖ ਮੰਤਰੀ ਤੇ ਮੁੱਖ ਮੰਤਰੀ ਦਾ بیٹا ਬਣ ਗਿਆ ਇਹ ਕੋਈ ਅਧਿਕਾਰ ਨਹੀਂ ਦਾ ਇਹਨਾਂ ਦਾ ਤਾਂ ਕੁਝ ਵੀ ਨਹੀਂ ਯਾਰ ਤਾਂ ਇਹ ਜਿਹੜੀ ਚੀਜ਼ ਹੈ ਪਾ ਨੂੰ ਮੋਸਟ ਇੰਪੋਰਟੈਂਟ ਮੇਰੇ ਵਾਸਤੇ ਵੀ ਚੰਗੀ ਗੱਲ ਕਰ ਰਹੇ ਤੁਸੀਂ ਮੇਰੇ ਵਾਸਤੇ ਮੋਸਟ ਇੰਪੋਰਟੈਂਟ ਗੱਲ ਤਾਂ ਇਹ ਹੈ ਕਿ ਜਿਹੜੇ ਸੋਸ਼ਲ ਨੇਤਾ ਹੈਗੇ ਇਹ ਇਹਨੂੰ ਟਕੜਾ ਕਰਨਾ ਕਾਇਮ ਰੱਖਣਾ ਕਿ ਮੈਂ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਛੱਡ ਕੇ ਜਾਵਾਂ ਤੁਸੀਂ ਪੰਜਾਬ ਨੂੰ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਦੇ ਹਾਲਾਤ ਨੂੰ ਕਿਸ ਤਰ੍ਹਾਂ ਵੇਖਦੇ ਹੋ ਨੌਜਵਾਨਾਂ ਨੂੰ ਖਿਡਾਰੀਆਂ ਨੂੰ ਖਾਸ ਤੌਰ ਤੇ ਕਿਉਂਕਿ ਬੇਰਜ਼ਗਾਰੀ ਦਾ ਮਸਲਾ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵੱਡੇ ਪੱਧਰ ਤੇ ਹੈ ਇਹਨਾਂ ਸਾਰੀਆਂ ਚੀਜ਼ਾਂ ਤੇ ਰਣਿੰਦਰ ਦੀ ਇਹ ਇਹ ਦੀ ਜਾਣਿਕ ਹੈ ਇੱਕ ਜਾਣ ਆਰਥਿਕ ਵਾਤਾਵਰਨ ਇੱਥੋਂ ਸ਼ੁਰੂ ਹੁੰਦਾ ਤੇ ਇੱਥੇ ਖਤਮ ਹੁੰਦਾ ਹੈ ਜੀ ਜਦ ਤੱਕ ਸੂਬੇ ਦੀ ਸਰਕਾਰ ਦੀ ਇਕਨੋਮੀ ਇਤਨੀ ਹੈਵिली ਇਨਡੈਟਡ ਰਹੇਗੀ ਕਿ 360000 ਕਰੋੜ ਦਾ ਕਰਜ਼ਾ ਹੋਵੇ ਔਰ ਹੁਣ ਅਗਲੇ ਬਜਟ ਚ 21000 ਕਰੋੜ ਫੇਰ ਚੱਕਿਆ ਇਹਨਾਂ ਨੇ ਪੀਐਸਪੀਸੀ ਵਾਲੀ ਨੂੰ ਦੇਣ ਨੂੰ ਸਬਸਿਡੀਆਂ ਲਾਗੂ ਰੱਖਣ ਨੂੰ ਜੀ ਠੀਕ ਹੈ ਜਬ ਤੱਕ ਉਹ ਨਹੀਂ ਅਟੈਂਡ ਹੁੰਦਾ ਤਦ ਤੱਕ ਤੁਸੀਂ ਕੁਝ ਕਰ ਲੋ ਜਿਹਨੇ ਛੁੱਟੀਆਂ ਮਾਰਨੀਆਂ ਜਿਹਨੇ ਛਟੀਆਂ ਚਲਾਨੀਆਂ ਐ ਕਿ ਮੈਂ ਜੀ ਚਮਤਕਾਰ ਕਰਦੇ ਤੇ ਆ ਚਮਤਕਾਰ ਕਰਦੇ ਤੇ ਉਹ ਕਰਦੇ ਤੇ ਯਾ ਸਕੀਮ ਨਾਲ ਤੇ ਉਸਕੀਮ ਨਾਲ ਕੁਛ ਫਰਕ ਨਹੀਂ ਪਣਾ ਅਸਲੀ ਤੇ ਤਿੰਨ ਚੀਜ਼ਾਂ ਲੋਕਾਂ ਨੂੰ ਰੇ ਜ਼ਰੂਰੀ ਨੇ ਐਗਰੀਕਲਚਰਲ ਸੈਕਟਰ ਨੂੰ ਉਹਨਾਂ ਦੇ ਜ਼ਮੀਨ ਦੇ ਮੁੱਲ ਦਾ ਫਾਇਦਾ ਜ਼ਮੀਨ ਦੇ ਮੁੱਲ ਦਾ ਅਸਰ ਪੈਂਦਾ ਹੈ ਕਿਉਂਕਿ ਉਸ ਮੁੱਲ ਦੇ ਬੇਸ ਤੇ ਉਹਨਾਂ ਨੂੰ ਕੋਆਪਰੇਟਿਵ ਬੈਂਕ ਚ ਲੋਨ ਮਿਲਦਾ ਹੈ ਜਾਂ ਆਰਤੀਆ ਫਾਈਨਾਂਸਿੰਗ ਕਰਦਾ ਹੈ ਐਗਰੀਕਲਚਰ ਸੈਕਟਰ ਜਿਹੜੇ ਆਪਣੇ ਕਿਸਾਨ ਭਾਈ ਨੇ ਜਿਹੜੇ ਆਰਥਿਕ ਤੌਰ ਤੇ ਅਰਬਨ ਏਰੀਆਜ਼ ਨੇ ਇਹਨਾਂ ਨੂੰ ਵੀ ਪ੍ਰਾਪਰਟੀ ਦੀ ਪ੍ਰਾਈਸਿਸ ਦਾ ਫਰਕ ਪੈਂਦਾ ਕਿਉਂਕਿ ਅਗੇਨ ਕਿ ਕਰਜ਼ਾ ਲੈਣਾ ਹੋਏ ਪਰਸਨਲ ਲੈਵਲ ਤੇ ਕਿਉਂਕਿ ਆਖਿਰਕਾਰ ਜੇ ਜੇ ਇੰਜਨ ਜਿਹੜਾ ਹੈਗਾ ਤੁਹਾਡਾ ਇਕਨੋਮੀ ਦਾ ਜਾਂ ਰੂਰਲ ਹੈ ਜਾਂ ਅਰਬਨ ਦਾ ਜਿਹੜਾ ਹੈਗਾ ਉਹ ਸਮਾਲ ਸਕੇਲ ਇੰਡਸਟਰੀ ਦਾ ਉਹ ਜਦ ਤੱਕ ਉਹਨਾਂ ਦੇ ਪਾਸ ਫਾਈਨੈਂਸ ਨਹੀਂ ਹੋਏਗਾ ਉਹ ਕਿਵੇਂ ਕਰਨਗੇ ਉਹ ਮੋਰਟਗੇਜ ਕੀ ਕਰਨਗੇ ਜੀ ਕੋਲੈਟਰਲ ਕਿੱਥੋਂ ਲਿਆਣਗੇ ਜਿਹੜੀ ਚੀਜ਼ 18 ਇੱਕ ਇੱਕ ਕਰੋੜ ਦੀ ਸੀਗੀ ਅੱਜ ਦੀ ਘੜੀ ਉਹ 30 ਲੱਖ ਤੇ ਬੈਠੀ ਐ ਤੇ ਉਹਦੇ ਤੋਂ ਵੈਲਿਊ ਮਤਲਬ 70 ਲੱਖ ਦਾ ਉਹਦਾ ਕੈਸ਼ ਫਲੋਟ ਲਿਮਟ ਗਿਆ ਨਾ ਜੀ ਜੀ ਤੇ ਏਕੋ ਤੀਸਰਾ ਜਿਹੜੀ ਬਿਗ ਇੰਡਸਟਰੀ ਹੈ ਜਿਵੇਂ ਉਹਨਾਂ ਆਪਾਂ ਦੇਖੋ ਟ੍ਰਾਇਡੈਂਟ ਇੰਡਸਟਰੀ ਸੀ ਆਪਣੇ ਸੰਗਰੂਰ ਵਾਲੀ ਬਿਲਕੁਲ ਉਹ ਕਿਉਂ ਗਏ ਨਹੀਂ ਛੱਤੀਸਗੜ੍ਹ ਉੱਥੇ ਤਾਂ ਨਹੀਂ ਜੰਮੇ ਬਿਲਕੁਲ ਗੰਪਲਤਾ ਉਹਦਾ ਹੀ ਆ ਘਰ ਉਹਨਾਂ ਦਾ ਲੁਧਿਆਣੇ ਹੋਵੇ ਸਭ ਤੋਂ بڑا ਨਾ ਪੁਰਾਣਾ ਯੂਨਿਟ ਉਹਨਾਂ ਦਾ ਬਰਨਾਲੇ ਹੋਵੇ ਤੇ ਸਭ ਤੋਂ بڑا ਯੂਨਿਟ ਜਿਹੜਾ ਬਣ ਰਿਹਾ ਉਹ ਬਣ ਰਿਹਾ ਛਤਿਗੜ੍ਹ ਕਿਉਂ ਆਰਥਿਕ ਤੌਰ ਤੇ ਉਰੇ ਫੈਸਿਲਿਟੀਜ਼ ਹੀ ਨਹੀਂ ਹੈ ਇਕਤਾ ਟੈਕਸੇਸ਼ਨ ਬੈਨੀਫਿਟਸ ਜਿਹੜੇ ਆਰਗਵੰਡ ਦੇ ਸੂਬਿਆਂ ਨੂੰ ਪਾੜੀ ਰੱਖ ਕੇ ਇਹਨੂੰ ਦਿੱਤੇ ਬਦੀ ਬੁੱਦੀ ਦੇ ਜਿਹੜੇ ਉਹ 6% 8% 12% ਟੈਕਸ ਜਿਹੜਾ ਬਚਦਾ ਉਹ ਫਿਰ ਉਹ मौजूद मतलब उन्होंने मैनेजमेंट जी प्रोफेसल मैनेजमेंट कंपनी है सर अपन कार्जन बचता कंपनिया सोशली सोशल वेलफेयर लिए नहीं बन दियाट वो बनते ने प्रोफिट वास्ते ठीक है तो जे सरकार का वातावरण ही नहीं है कोई ऐसी जेड नहीं है कोई ऐसी जगह नहीं है जितने वो भी आपीट कर लिए और जब तक भाजपा के निशाने सब कुछ है बिल्कुल है ਔਰ ਅਗਰ ਅਗਰ ਕੁਝ ਗੈਰ ਗੈਰ ਜ਼ਿੰਮੇਦਾਰ ਇਨਸਾਨ ਪ੍ਰਧਾਨ ਮੰਤਰੀ ਸਾਹਿਬ ਦੇ ਫਲਾਈਓਵਰ ਤੇ ਨਾ ਲੇਟ ਦੇ ਹਮ ਸ਼ਾਇਦ ਗੱਲਾਂ ਹੋ ਗਈ ਹੋ ਵੀ ਕੀ ਹੁੰਦਾ ਉਸ ਸਮੇਂ ਜੀ ਉਹ ਆਪਣੇ ਇੱਕ ਮਿੰਟ ਦੀ ਨੰਬਰ ਨੰਬਰ ਬਣਾਉਣ ਨੂੰ ਹੈ ਜੀ ਆਪਣੀ ਛੋਟੀ ਜਿਹੀ ਜ਼ਿੰਦਗੀ ਚ ਛੋਟੇ ਜਿਹੇ ਰਤਵੇ ਆਪਣੇ 1 ਮਿੰਟ ਦਾ ਨੰਬਰ ਬਣਾਉਣ ਨੂੰ ਉਹਨਾਂ ਨੇ ਤੁਹਾਡੇ ਔਰ ਮੇਰੇ ਬੱਚਿਆਂ ਦਾ ਭਵਿੱਖ ਟੋਕ ਲਾਤੀ 10 ਹੱਲ ਤੁਸੀਂ ਮੰਨਦੇ ਹੋ ਕਿ ਉਸੇ ਦਾ ਖਮਿਆਜ਼ਾ ਪੰਜਾਬ ਉਤਰਿਆ ਨਹੀਂ ਹਾਂਜੀ ਤੁਸੀਂ ਮੰਨਦੇ ਹੋ ਕਿ ਉਸੇ ਗੱਲ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਵੀ ਨਹੀਂ ਨਹੀਂ ਮੈਂ ਉਹ ਨਹੀਂ ਮੰਨਦਾ ਕਿ ਉਸ ਨੂੰ ਉਸੇ ਕਾਰਨ ਹੋ ਰਿਹਾ ਹੈ ਮੈਂ ਤੁਹਾਨੂੰ ਇੱਕ ਧਾਰਨ ਦੇ ਰਿਹਾ ਉੱਥੇ ਹੋ ਸਕਦਾ ਸੀ ਹੁਣ ਅੱਗੇ ਵੀ ਹੋਏਗਾ ਮੈਂ ਮੰਨਦਾ ਕਿ ਹੋਏਗਾ ਜੀ ਲੇਕਿਨ ਸਵਾਲ ਇਸ चीज ਦਾ ਹੈ ਕਿ ਕੌਣ ਕਰੇਗਾ ਹਾਂ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਹੋ ਲੋਕ ਸਭਾ ਦੀ ਇਲੈਕਸ਼ਨ ਚ ਤੁਸੀਂ ਪੁਲਿਸ ਮੈਨੂੰ ਦੱਸੋ ਜੇ ਆ ਆਮ ਆਦਮੀ ਪਾਰਟੀ ਦਾ ਤੁਸੀਂ ਨਮੇ ਦਾ ਚੁਰ ਲੋ ਜੀ ਇਹ ਤਾਂ ਲੋਕਾਂ ਤੇ ਨਿਰਭਰ ਹੈ ਉਹਨਾਂ ਦਾ ਜਿੱਥੇ ਪਿਆਰਾ ਬਣਾ ਦੇਣਾ ਦੇਣਾ ਚਾਹੀਦਾ ਹੈ ਜੀ ਸਾਰਿਆਂ ਨੂੰ ਮੁਬਾਰਕ ਹੋਏ ਲੇਕਿਨ ਸੋਚੋ ਤਾਂ ਸਹੀ ਤੁਸੀਂ ਅਗਰ ਆਮ ਆਦਮੀ ਦਾ ਐਮਪੀ ਬਣਾਓਗੇ ਉਹ ਕੱਲਾ ਬਟਾਰਾ ਬੈਠੂਗਾ ਉੱਥੇ ਹਾਂ 500 ਬਿਆਹੀਆਂ ਚ ਕੱਲਾ ਬੈਠੂ ਜੀ ਜਿਹੜੇ ਪਹਿਲਾਂ ਕੱਲੇ ਹੁੰਦੇ ਸੀ ਉਹ ਟੁਟਕਲੇ ਤਾਂ ਸੁਣਾ ਦਿੰਦੇ ਤੇ ਇਹ ਕੀ ਕਰੇਗਾ ਬਟਾਰਾ ਉੱਥੇ ਜਾ ਕੇ ਜੀ ਇਹ ਤਾਂ ਚੁਟਕਲੇ ਸੁਣਾਜੋਗਾ ਵੀ ਨਹੀਂ ਹੈ ਲੈ ਕੇ ਕੀ ਹੂਗਾ ਹਾਂ ਲੈ ਆ ਨਹੀਂ ਸਕਦਾ ਕੁਛ ਉੱਥੋਂ ਜੇ ਤੁਸੀਂ ਕਾਂਗਰਸ ਵੋਟਾ ਦੇਤਾ ਹੋਗੇ ਉਹ 34 ਤੋਂ 35 ਹੋ ਜਾਣਗੇ ਉਹਨਾਂ ਨੂੰ ਮਿਲੂਗਾ ਜੀ ਔਰ ਜਦ ਸਿੱਗੀ ਇਹਨਾਂ ਦੀ ਯੂਪੀ ਦੀ ਸਰਕਾਰ ਲਿਆਏ ਸੀ ਕੁਝ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀ ਉਸ ਸਮੇਂ ਜੀ ਇਹ ਤਾਂ ਇੰਡੀਪੈਂਡੈਂਟ ਜਿਹੜੇ ਮੰਤਰੀ-ਮੰਤਰੀ ਸੀਗੇ ਆਪਣੇ ਮੈਂਕ ਵਿੱਚ ਜਿਹੜਾ ਥੋੜਾ ਬੋਤਾ ਕਰਕੇ ਕਰਕੇ ਮਨਮੋਹਨ ਸਿੰਘ ਨੇ ਜ਼ਰੂਰ ਕੁਝ ਕੀਤਾ ਸੀ ਪੰਜਾਬ ਦੇ ਵਾਸਤੇ ਬਟ ਇਹ ਜਿਹੜੀ ਡੈਟ ਅਲਿਵिएशन ਹੈ ਜੀ ਇਹ ਤਾਂ ਕੇਵਲ ਸੈਂਟਰ ਦੀ ਸਰਕਾਰ ਕਰ ਸਕਦੀ ਹੈ। ਰਾਈਟ। ਇਹਦੇ ਵੀ ਦੋ ਹਿੱਸੇ ਨੇ, ਇੱਕ ਕੋਆਪਰੇਟਿਵ ਸੈਕਟਰ ਦੇ ਚ ਉਹ ਬੈਂਕਿੰਗ ਨਾਲ ਉਹ ਕੋਲ ਲੱਗ ਜੀ ਹੈ। ਇੱਕ ਜਿਹੜੀ ਇੰਸਟੀਟਿਊਸ਼ਨ ਨਾਲ ਜੁੜੀ ਹੋਈ ਹੈ ਇੰਸਟੀਟਿਊਸ਼ਨ ਆਫ ਗਵਰਨਮੈਂਟ ਆਫ ਪੰਜਾਬ ਨਾਲ। ਜੀ। ਹੁਣ ਉਹਦੇ ਕੁਝ ਹਿੱਸੇ ਨੂੰ ਤੁਹਾਨੂੰ ਰੀਸ਼ਡਿਊਲ ਕਰਨਾ ਪਏਗਾ, ਕੁਝ ਹਿੱਸੇ ਨੂੰ ਡੈਟ ਸਵੈਪ ਕਰਨੀ ਪਏਗੀ, ਕੁਝ ਹਿੱਸੇ ਨੂੰ ਤੁਹਾਨੂੰ ਮਾਫੀ ਮੰਗਣੀ ਪਏਗੀ, ਕੁਝ ਹਿੱਸੇ ਦਾ ਤੁਹਾਨੂੰ ਸਰਵਿਸ ਕਰਨਾ ਪਏਗਾ ਜਿਵੇਂ। ਠੀਕ ਹੈ ਤੁਹਾਡੀ ਗੱਲ। ਠੀਕ ਹੈ। ਉਹ ਕੌਣ ਕਰੇਗਾ? ਸਭਾਵਕ ਕੇਂਦਰ। ਨਹੀਂ ਮਿਸਟਰ ਅਰਵਿੰਦ ਕੇਜਰੀਵਾਲ ਜੀ ਕਰਨਗੇ। ਆਪਣੇ ਮਿਊਂਸਪਲਿਟੀ ਚਲਾਉਂਦੇ ਹੋਏ ਇਹਦਾ ਇਹਦਾ ਫਾਈਨੈਂਸ ਮਿਨਿਸਟਰੀ ਤੇ RBI ਦਾ ਕੰਮ ਹੈ ਤੇ ਪ੍ਰਧਾਨ ਪ੍ਰਾਈਮ ਮਿਨਿਸਟਰ ਦਾ ਸੈਂਟਰਲ ਗਵਰਨਮੈਂਟ ਦਾ ਸੈਂਟਰਲ ਕੈਬਨਿਟ ਦਾ ਕੰਮ ਹੈ ਲਾਸਟ ਕੁਐਸਚਨ ਹੈ ਮੇਰਾ ਤੁਸੀਂ ਖੁਦ ਖਿਡਾਰੀ ਹੋ ਜਿਹੜਾ ਜੰਤਰ ਮੰਤਰ ਤੇ ਪਹਿਲਵਾਨਾਂ ਦਾ ਧਰਨਾ ਹੈ ਤੁਹਾਡਾ ਉਹਦੇ ਤੇ ਕੀ ਪ੍ਰਤੀਕਰਮ ਹੈ ਬੜੀ ਸ਼ਰਮ ਦੀ ਬਾਤ ਹੈ ਮੈਂ ਚਲਾਇਆ ਜੀ ਨੈਸ਼ਨਲ ਫੈਡਰੇਸ਼ਨ ਅਮਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਮੇਰੇ ਫੈਡਰੇਸ਼ਨ ਦੇ ਵਿੱਚ ਫੀਮੇਲ ਐਥਲੀਟ ਜ਼ਿਆਦਾ ਹੈ ਮੇਲ ਘੱਟ ਹੈ ਔਰ ਉਹਨਾਂ ਦੇ ਜੇ ਤੁਸੀਂ ਰਿਜ਼ਲਟ ਵੀ ਦੇਖੋ ਫੀਮੇਲ ਦਾ ਹਾਇਰ ਦੈਨ ਦ ਮੈਨ ਰਿਟਰਨ ਨੰਬਰ 1 ਇਨ ਦ ਵਰਲਡ ਨੰਬਰ 2 ਇਨ ਦ ਵਰਲਡ 15 ਨੇ ਜੀ ਠੀਕ ਹੈ ਔਰ ਸਾਡੇ ਕਦੀ ਵੀ ਐਸੀ ਪਰਿਸਥਿਤੀ ਨਹੀਂ ਆਈ ਕਿਉਂਕਿ ਇੱਕ ਇਹ ਜ਼ਿੰਮੇਵਾਰੀ ਹੁੰਦੀ ਹੈ ਇੱਕ ਫੈਡਰੇਸ਼ਨ ਦੇ ਪ੍ਰਧਾਨ ਦੀ ਇਹ ਸਰਕਾਰ ਦੀ ਜ਼ਿੰਮੇਵਾਰੀ ਬਾਅਦ ਚੋਂ ਆਉਂਦੀ ਹੈ ਜੀ ਪਰ ਫੈਡਰੇਸ਼ਨ ਦੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਚੈਕਸ ਐਂਡ ਕਾਊਂਟਰ ਚੈਕਸ ਰੱਖੇ ਜਾਣ ਕਿ ਕਦੀ ਵੀ ਕੋਈ ਵੀ ਸੈਕਸ਼ਨ ਖਿਡਾਰੀਆਂ ਦਾ ਅਸੁਰੱਖਿਤ ਨਾ ਫੀਲ ਕਰਿਆ ਪਾਣ ਆਪ ਨੂੰ ਕਿਸੇ ਵੀ ਹਾਲਾਤ ਚ ਪਰ ਉਹਨੂੰ ਜਸਟਿਸ ਸਰਕਾਰ ਤੋਂ ਮੰਗਦੇ ਕਹਿੰਦੇ ਸਾਨੂੰ ਅਣਗੌਲਿਆ ਕੀਤਾ ਜਾਵੇ ਉਹ ਤਾਂ ਜਸਟਿਸ ਸਰਕਾਰ ਨਹੀਂ ਦੇਣੀ ਹੈ ਨਾ ਜੀ ਜੀ ਦੇਖੋ ਐਟ ਦੀ ਐਂਡ ਆਫ ਦਾ ਡੇ ਯੂਨੀਅਨ ਸਪੋਰਟਸ ਕੋਡ ਹੈ ਜੀ ਯੂਨੀਅਨ ਸਪੋਰਟਸ ਕੋਡ ਦੇ ਵਿੱਚ ਬੜੇ ਸਟਰੋਂਗ ਪ੍ਰੋਵੀਜ਼ਨ ਤੁਸੀਂ ਪੜੋ 2011 ਯੂਨੀਅਨ ਸਪੋਰਟਸ ਕੋਡ ਆਪਣੇ ਇੰਟਰਨੈਟ ਤੇ ਦੇਖੋ ਬਹੁਤ ਸਟਰੋਂਗ ਪ੍ਰੋਵੀਜ਼ਨਸ ਨੇ ਇਹ ਨਾ ਚੀਜ਼ਾਂ ਮਸਲੇ ਆ ਤੇ ਫਿਰ ਸੁਪਰੀਮ ਕੋਰਟ ਤੇ ਗਾਈਡਲਾਈਨਸ ਵੀ ਹੈ ਜੀ ਇੰਪਲੀਮੈਂਟ ਤਾਂ ਸਰਕਾਰ ਹੀ ਕਰੇਗੀ ਪਰ ਸਰਕਾਰ ਇਕਦਮ ਨਹੀਂ ਕਰ ਸਕਦੀ ਸਰਕਾਰ ਨੂੰ ਪਹਿਲੇ ਤਾਂ ਕੰਪਲੇਂਟ ਆਏਗੀ ਕੰਪਲੇਂਟ ਪੁਲਿਸ ਤੇ ਜਾ ਚੁੱਕੀ ਆਲਰੇਡੀ ਹੁ ਤਾਂ ਐਸਾ ਹੈ ਇਟ ਹਾਸ ਟੂ ਬੀ ਇਟ ਹਾਸ ਟੂ ਬੀ ਐਗਜ਼ਾਮੀਨਡ ਇਟ ਹਾਸ ਟੂ ਬੀ ਇਨਵੈਸਟੀਗੇਟਡ ਯੂ ਕਾਂਟ ਗੋ ਬਿਯੋਂਡ ði ਲਾਅ ਤੋ ਇਹ ਇਤਨਾ ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਮੇਰੇ ਖਿਆਲ ਮੇਰੇ ਸਾਥੀਆਂ ਨੂੰ ਕਈ ਮੇਰੇ ਸਾਥੀ ਐ ਹੋ ਅੱਛਾ ਜੀ ਦੋਸਤ ਠੀਕ ਹੈ ਮਤਲਬ ਮੇਰਾ ਪੋਟ ਸ਼ੂਟਿੰਗ ਦਾ ਹੈ ਮੈਂ ਜਦ ਪ੍ਰਧਾਨ ਸੀ ਮੈਂ ਤਾਂ ਸਿਲਵਰ ਮੈਡਲ ਵੀ ਜਿੱਤਿਆ ਸੀ ਨੈਸ਼ਨਲ ਚ ਪਹਿਲਾ ਸੀ ਪ੍ਰਧਾਨ ਜਿਹੜਾ ਜਿੱਤਿਆ ਹੈ ਠੀਕ ਹੈ ਮਾਨਵਜੀਤ ਵਗੈਰਾ ਦੇ ਨਾਲ ਲੜ ਕੇ ਮੈਂ ਇੱਕ ਚ ਨਾ ਮਾਨ ਨੇ ਉਹਨੂੰ ਹਰਾਇਆ ਸੀ ਗੋਲ ਲੈ ਕੇ ਇੱਕ ਚ ਮੈਂ ਹਰਾਇਆ ਸੀ ਉਹਨੂੰ ਸਿਲਵਰ ਲੈ ਕੇ ਜੀ ਸੋ ਇਹ ਤਾਂ ਇਹ ਤਾਂ ਸਾਰੀ ਜ਼ਿੰਮੇਵਾਰੀ ਆਪ ਬੰਦੀ ਹੈ ਬਟ ਉਹਨਾਂ ਨੂੰ ਮੇਰੀ ਐਡਵਾਈਸ ਹੋਏਗੀ ਕਿ lettes the government examine they are examining it there are national elections going on people are not there in delhi ਜਾਂਦੇ ਜਾਂਦੇ ਜੇ ਤੁਸੀਂ ਵਾਜਬ ਸਮਝੋ ਤੁਸੀਂ ਕ੍ਰਿਕਟ ਵਾਲੇ ਕਾਕੇ ਦਾ ਜ਼ਿਕਰ ਕੀਤਾ ਉਹਦੇ ਬਾਰੇ ਤੁਹਾਡਾ ਨਜ਼ਰੀਆ ਕੀ ਹੈ ਕੁਛ ਨਹੀਂ ਉਸ ਨੂੰ ਉਹਦੀ ਜ਼ਿੰਦਗੀ ਮੁਬਾਰਕ ਹੋਵੇ ਬਹੁਤ ਬਹੁਤ ਮਿਹਰਬਾਨੀ ਰਣਨਦਰਜੀ ਜੀ ਜਗਬਾਨੀ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਦੇਣ ਦੇ ਸਾਲ ਥੈਂਕ ਯੂ ਥੈਂਕ ਯੂ ਸਰ